ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਵਡਭਾਗੀ ਸੰਗਤਾਂ ਰੋਜ਼ਾਨਾ ਪਾਠ ਬੋਧ ਸਮਾਗਮ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰ ਰਹੀਆਂ ਨੇ, ਗੁਰਬਾਣੀ ਦੇ ਪਾਠ ਦੇ ਸ਼ੁੱਧ ਉਚਾਰਨ ਦੀ ਸੰਥਿਆ ਲੈ ਰਹੀਆਂ ਹਨ। ਖਾਲਸਾ ਜੀ, ਇਹ ਜੋ ਰੋਜ਼ਾਨਾ ਆਪ ਜੀ ਦਰਸ਼ਨ ਕਰਦੇ ਹੋ, ਆਰੰਭ ਦੇ ਵਿੱਚ ਧੂਫ ਧੁਖਾਈ ਜਾਂਦੀ ਹੈ, ਇਹ ਆਰੰਭ ਕਾਲ ਤੋਂ ਹੀ ਪੁਰਾਤਨ ਮਰਯਾਦਾ ਚੱਲੀ ਆ ਰਹੀ ਹੈ। ਜਦੋਂ ਤੋਂ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਭਾਦਰੋਂ ਸੁਦੀ ਏਕਮ ਸੰਮਤ 1661 ਬਿਕਰਮੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਪਹਿਲੀ ਵਾਰ ਪ੍ਰਕਾਸ਼ ਕੀਤਾ ਸੀ। ਉਦੋਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਸਮੂਹ ਸੰਗਤਾਂ ਨੂੰ ਦੱਸਦਿਆਂ ਹੋਇਆਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਬਚਨ ਕੀਤੇ ਸਨ, ਉਹਨਾਂ ਬਚਨਾਂ ਨੂੰ ਇਤਿਹਾਸ ਦੇ ਵਿੱਚ ਇਉਂ ਅੰਕਿਤ ਕੀਤਾ ਗਿਆ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ ਸਦਕਾਲ ਰਹਿ ਹੈ, ਮੇਰੋ ਸਰੂਪ ਤੇ ਜਾਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਕੈ ਹੈ, ਪੂਜੋ ਚੰਦਨ ਕੇਸਰ ਕੋ ਘਸ ਧੂਪ ਤਖਾਏ ਸੋ ਫੂਲ ਚੜੈ ਹੈ। ਸੋ ਇਹ ਆਰੰਭ ਤੋਂ ਹੀ ਰੀਤ ਚੱਲੀ ਆਉਂਦੀ ਜੋ ਅੱਜ ਕੱਲ੍ਹ ਆਪਾਂ ਵਿਸਾਰੀ ਬੈਠੇ ਹਾਂ। ਸੁਗੰਧਤ ਵਸਤੂਆਂ ਇਕੱਤਰ ਕਰਕੇ ਇਉਂ ਇਹਨਾਂ ਨੂੰ ਅਗਨੇ ਉੱਪਰ ਪਾ ਕੇ ਧੂਫ ਤਖਾਉਣੀ। ਬੇਸ਼ੱਕ ਅੱਜ ਕੱਲ੍ਹ ਦੇ ਸਮੇਂ ਵਿੱਚ ਅਗਰਬੱਤੀਆਂ ਧੂਫਾਂ ਵਗੈਰਾ ਵੱਟੀਆਂ ਵੀ ਬਣੀਆਂ ਆਉਂਦੀਆਂ ਹਨ, ਪਰ ਇਸ ਰੂਪ ਵਿੱਚ ਜਿਹੜੀ ਧੂਪ ਤੁਖਾਈ ਜਾਂਦੀ ਇਹ ਉਹਨਾਂ ਨਾਲੋਂ ਕਿਤੇ ਜ਼ਿਆਦਾ ਸ਼ੁੱਧਤਾ ਦੇ ਵਿੱਚ ਹੈ, ਔਰ ਇਹ ਵਾਤਾਵਰਣ ਦੀ ਸ਼ੁੱਧੀ ਵਾਸਤੇ ਹੋਇਆ ਕਰਦੀ ਹੈ। ਸੋ ਉਸ ਮਰਯਾਦਾ ਦੇ ਮੁਤਾਬਕ ਆਪ ਜੀ ਰੋਜ਼ਾਨਾ ਇਹ ਕਰਮ ਤੱਕ ਰਹੇ ਹੋ। ਸੋ ਆਓ, ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਵੱਲੋਂ ਸਮੂਹ ਪੰਥਕ ਸੰਪਰਦਾਵਾਂ ਦੇ ਸਹਿਯੋਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਜੋ ਇਹ ਪਾਵਨ ਪਾਠ ਬੋਧ ਸਮਾਗਮ ਚਲਾਇਆ ਜਾ ਰਿਹਾ ਹੈ, ਗੁਰੂ ਕੀ ਕਿਰਪਾ ਨਾਲ 456 ਅੰਗ ਤੱਕ ਪਾਠ ਸੰਗਤਾਂ ਸਰਵਣ ਕਰ ਚੁੱਕੀਆਂ ਨੇ, ਹਾਜ਼ਰੀਆਂ ਭਰੀਆਂ, ਸੰਗਤਾਂ ਲਾਹੇ ਲਏ ਅਤੇ ਲਾਹੇ ਪ੍ਰਾਪਤ ਕਰ ਰਹੀਆਂ ਨੇ। ਪਾਠ ਦੀ ਆਰੰਭਤਾ ਤੋਂ ਪਹਿਲਾਂ ਬੇਨਤੀ ਹੈ, ਸਰਬੱਤ ਸੰਗਤਾਂ 415 ਅੰਗ ਉੱਪਰ ਪੋਥੀਆਂ ਪ੍ਰਕਾਸ਼ ਕਰਨ ਜੀ, 415 ਅੰਗ ਤੇ ਸ਼ਬਦ ਹੈ ਆਸਾ ਮਹਾਲਾ ਪਹਿਲਾ, ਮਨ ਮੈਗਲ ਸਾਕਤ ਦੇਵਾਨਾ,
ਬਨਖੰਡ ਮਾਇਆ ਮੋਹਿ ਹੈ ਰਾਣਾ। ਚਾਰ ਸੌ ਪੰਦਰਾਂ ਅੰਗ ਤੇ ਸ਼ਬਦ ਮਨ ਮੈਗਲ ਸਾਕਤ ਦੇ ਵਾਨਾ। ਸੋ ਇਸ ਦੇ ਵਿੱਚ ਅੱਗੇ ਪੰਗਤੀ ਆ ਰਹੀ, ਇਤ ਉਤ ਜਾਹੇ ਕਾਲ ਕੇ ਚਾਪੇ, ਗੁਰਮੁਖ ਖੋਜ ਲਹਿ ਘਰ ਆਪੇ। ਪੋਥੀਆਂ ਉੱਪਰ ਆਪੈ ਦੁਲਾਵਾਂ ਦੇ ਨਾਲ ਛਪਿਆ ਹੈ। ਹੇਠਾਂ ਤੋਂ ਉੱਪਰ ਵੱਲ ਨੂੰ ਅੱਠਵੀਂ ਪੰਗਤੀ, ਗੁਰਮੁਖ ਖੋਜ ਲਹਿ ਘਰ ਆਪੇ। ਆਪੈ ਛਪਿਆ ਹੈ, ਇੱਥੇ ਆਪੇ ਸ਼ੁੱਧ ਹੈ ਜੀ। ਇਤ ਉਤ ਜਾਹੇ ਕਾਲ ਕੇ ਚਾਪੇ, ਗੁਰਮੁਖ ਖੋਜ ਲਹਿ ਘਰ ਆਪੇ। ਇਸ ਤੋਂ ਅੱਗੇ ਚਾਰ ਸੌ ਤੇਈ ਅੰਗ ਤੇ ਤੂੰ ਕਰਤਾ ਕੀਆ ਸਭ ਤੇਰਾ, ਕਿਆ ਕੋ ਕਰੇ ਪ੍ਰਾਣੀ। ਉੱਪਰੋਂ ਤੀਸਰੀ ਪੰਗਤੀ ਹੈ, ਉੱਪਰ ਤੋਂ ਹੇਠਾਂ ਨੂੰ ਤੀਸਰੀ ਪੰਗਤੀ, ਤੂੰ ਕਰਤਾ ਕੀਆ ਸਭ ਤੇਰਾ, ਕਿਆ ਕੋ ਕਰੈ ਪ੍ਰਾਣੀ ਛਪਿਆ ਹੈ। ਇੱਥੇ ਵੀ ਇੱਕ ਲਾਮ ਕਰੇ ਪ੍ਰਾਣੀ ਸ਼ੁੱਧ ਹੈ ਜੀ। ਕਿਆ ਕੋ ਕਰੇ ਪ੍ਰਾਣੀ। ਚਾਰ ਸੌ ਛਿਆਲੀ ਅੰਗ, ਕਲਯੁਗ ਹਰ ਕੀਆ ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੈ ਟਿਕਾਏ ਜੀਓ। ਇਸ ਪਦ ਦੇ ਅੰਦਰ ਅੱਗੇ ਪੰਗਤੀ ਆ ਰਹੀ ਹੈ, ਕਲਯੁਗ ਬੀਜ ਬੀਜੇ ਬਿਨ ਨਾਵੈ, ਸਭ ਲਾਹਾ ਮੂਲ ਗਵਾਇਆ। ਬੀਜੈ ਛੁਪਿਆ ਹੋਇਆ, ਬੀਜੇ ਇੱਕ ਲਾਮ ਦੇ ਨਾਲ ਸ਼ੁੱਧ ਹੈ। ਉੱਪਰ ਤੋਂ ਹੇਠਾਂ ਨੂੰ ਤੀਸਰੀ ਪੰਗਤੀ, ਕਲਯੁਗ ਬੀਜ ਬੀਜੇ ਬਿਨ ਨਾਵੈ, ਸਭ ਲਾਹਾ ਮੂਲ ਗਵਾਇਆ। ਬੀਜੇ ਇੱਕ ਲਾਮ ਦੇ ਨਾਲ ਪਾਠ ਸ਼ੁੱਧ ਹੈ ਜੀ। ਆਓ ਚਾਰ ਸੌ ਛਪੰਜਾ ਅੰਗ ਤੋਂ ਪਾਠ ਦੀ ਆਰੰਭਤਾ ਹੋ ਰਹੀ ਹੈ। ਆਸਾ ਮਹੱਲਾ ਪੰਜਵਾਂ ਸਲੋਕ, ਉਦਮ ਕਰਹੋ ਵਡਭਾਗੀ ਹੋ, ਸਿਮਰਹੁ ਹਰ ਹਰ ਰਾਏ। ਪਾਠ ਆਰੰਭ ਹੋ ਰਿਹਾ ਹੈ, ਸਰਬੱਤ ਸੰਗਤਾਂ ਸਾਵਧਾਨ ਹੋਣ ਜੀ। ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ ਸਲੋਕ, ਉਦਮ ਕਰਹੋ ਵਡਭਾਗੀ ਹੋ, ਸਿਮਰਹੋ ਹਰ ਹਰ ਰਾਏ। ਨਾਨਕ ਜਿਸ ਸਿਮਰਤ ਸਭ ਸੁਖ ਹੋਵਹਿ, ਦੁਖ ਦਰਦ ਭ੍ਰਮ ਜਾਏ ਛੰਤ। ਨਾਮ ਜਪਤ ਗੋਬਿੰਦ ਨਹਿ ਅਲਸਾਈਐ, ਭੇਟਤ ਸਾਧੂ ਸੰਗ ਜਾਮਪੁਰ ਨਹਿ ਜਾਈਐ। ਜਾਮਪੁਰ ਨਹਿ ਜਾਈਐ, ਦੁਖ ਦਰਦ ਨਾ ਭਉ ਬਿਆਪੈ, ਨਾਮ ਸਿਮਰਤ ਸਦ ਸੁਖੀ। ਸਾਸ ਸਾਸ ਅਰਾਧ ਹਰ ਹਰ, ਧਿਆਏ ਸੋ ਪ੍ਰਭ ਮਨ ਮੁਖੀ। ਮਨ ਮੁਖੀ ਨਖੇੜਾ ਕਰਕੇ ਪਾਠ ਕਰਨਾ ਜੀ। ਨੰਨੇ ਨੂੰ ਸਿਹਾਰੀ ਆਈ ਹੈ। ਕਿਰਪਾਲ ਦਇਆਲ ਰਸਾਲ ਗੁਣ ਨਿਧ, ਕਰ ਦਇਆ ਸੇਵਾ ਲਾਈਐ, ਨਾਨਕ ਪੈ ਅੰਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨਹਿ ਅਲਸਾਈਐ। ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ, ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ।
ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲ ਥਲ ਮਹੀਅਲ ਪੂਰਿਆ, ਇੱਕ ਨਿਮਖ ਜਾ ਕੈ ਹਿਰਦੈ ਵਸਿਆ, ਮਿਟੇ ਤਿਸ ਹੈ ਵਿਸੂਰਿਆ। ਅਗਾਧ ਬੋਧ ਸਮਰੱਥ ਸੁਆਮੀ, ਸਰਬ ਕਾ ਭਉ ਭੰਜਨਾ, ਨਾਨਕ ਪੈਅੰਪੈ ਚਰਣ ਜੰਪੈ, ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ, ਮੋਹਿ ਆਸਰ ਤੁਆ ਚਰਨ ਤੁਮਾਰੀ ਸਰਨ ਸਿਧੇ। ਹਰ ਚਰਨ ਕਾਰਨ ਕਰਨ ਸੁਆਮੀ, ਪਤਤ ਉਧਰਨ ਹਰ ਹਰੇ। ਸਾਗਰ ਸੰਸਾਰ ਭਵ ਉਤਾਰ, ਨਾਮ ਸਿਮਰਤ ਬਹੁਤਰੇ। ਪਤਤ ਉਧਰਨ ਹਰ ਹਰੇ, ਪਤਤਾਂ ਨੂੰ ਉਧਾਰਨ ਵਾਲਾ, ਉਧਾਰਨ ਇਉਂ ਪਾਠ ਦਾ ਉਚਾਰਨ ਕਰਨਾ ਹੈ ਇਸ ਪੰਗਤੀ ਵਿੱਚ। ਆਦਿ ਅੰਤ ਬੇਅੰਤ ਖੋਜ ਹੈ, ਸੁਨੀ ਉਧਰਨ ਸੰਤ ਸੰਗ ਵਿਦੇ। ਹਾਂਜੀ, ਇੱਥੇ ਉਧਰਨ ਪਾਠ ਆਵੇਗਾ। ਉੱਪਰਲੀ ਪੰਗਤੀ ਵਿੱਚ ਪਤਤ ਉਧਾਰਨ ਹਰ ਹਰੇ, ਅਤੇ ਇੱਥੇ ਆਦਿ ਅੰਤ ਬੇਅੰਤ ਖੋਜ ਹੈ, ਸੁਨੀ ਉਧਰਨ ਸੰਤ ਸੰਗ ਵਿਦੇ। ਉਧਰਨ ਦੀ ਵਿਧੀ ਸੁਣੀ ਹੈ ਸੰਤਾਂ ਦੀ ਸੰਗਤ ਵਿੱਚੋਂ। ਨਾਨਕ ਪੈਅੰਪੈ ਚਰਨ ਜੰਪੈ, ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ। ਭਗਤ ਵਛਲ ਹਰ ਬਿਰਦ ਆਪ ਬਨਾਇਆ, ਜਹਿ ਜਹਿ ਸੰਤ ਅਰਾਧ ਹੈ ਤਹਿ ਤਹਿ ਪ੍ਰਗਟਾਇਆ। ਅੱਜ ਕੱਲ੍ਹ ਬਹੁਤਾ ਪ੍ਰਚਾਰ ਜਿਹਾ ਹੋਈ ਜਾਂਦਾ ਹੈ ਕਿ ਜੀ ਸੰਥਿਆ ਦੀ ਲੋੜ ਨਹੀਂ। ਸੰਥਿਆ ਕਹਿੰਦੇ ਨੇ ਗੁਰਬਾਣੀ ਪੜ੍ਹਨ ਨੂੰ, ਸਿੱਖਣ ਨੂੰ, ਕਿਵੇਂ ਲਫਜ਼ਾਂ ਦਾ ਉਚਾਰਨ ਕਰਨਾ ਹੈ, ਕਿੱਥੇ ਵਿਸਰਾਮ ਲੱਗਣੇ ਨੇ, ਇਹ ਪੜ੍ਹਾਈ ਕਰਨ ਨੂੰ ਗੁਰਬਾਣੀ ਦੀ ਸੰਥਿਆ ਕਿਹਾ ਜਾਂਦਾ ਹੈ। ਅਤੇ ਬਹੁਤ ਕਈ ਸਾਡੇ ਵੀਰ ਪ੍ਰਚਾਰ ਕਰ ਰਹੇ ਨੇ ਜੀ ਬਾਣੀ ਪੜ੍ਹਿਆ ਕਰੋ, ਜਿਹੋ ਜਿਹੀ ਪੜ੍ਹੀ ਜਾਂਦੀ ਹੈ ਜਿਵੇਂ ਪੜ੍ਹੀ ਜਾਂਦੀ ਉਸੇ ਤਰ੍ਹਾਂ ਹੀ ਪੜ੍ਹ ਲਓ। ਇਹ ਪ੍ਰਚਾਰ ਬਹੁਤ ਗਲਤ ਹੋ ਰਿਹਾ। ਕੌਮ ਅੰਦਰ ਤਾਂ ਪਹਿਲਾਂ ਹੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਸ਼ੁੱਧ ਉਚਾਰਨ ਕਰਨ ਵਾਲੇ ਕੋਈ ਵਿਰਲੇ ਵਿਰਲੇ ਸੱਜਣ ਗੁਰਮੁਖ ਮਿਲਦੇ ਨੇ। ਨਹੀਂ ਤਾਂ ਆਮ ਤੌਰ 'ਤੇ ਪਿੰਡਾਂ ਵਿੱਚ ਕੀ, ਸ਼ਹਿਰਾਂ ਵਿੱਚ ਕੀ, ਜਦੋਂ ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹੁੰਦੇ ਨੇ, ਪਾਠੀ ਸਿੰਘ ਪਾਠ ਕਰਦਿਆਂ ਖਿਆਲ ਹੀ ਕੋਈ ਨਹੀਂ ਕਰਦੇ। ਜਦੋਂ ਕਿਤੇ ਪਾਠ ਸੁਣੀਦਾ ਉਸ ਵਕਤ ਤੱਕੀਦਾ ਕਿ ਕੋਈ ਵਿਰਲਾ ਵਿਰਲਾ ਗੁਰਮੁਖ ਪਿਆਰਾ ਹੈ ਜਿਹੜਾ ਉਚਾਰਨ ਸ਼ੁੱਧ ਕਰ ਪਾਵੇ। ਨਹੀਂ ਤਾਂ ਜੋ ਮੂੰਹ ਵਿੱਚ ਆਉਂਦਾ ਸਭ ਬੋਲੀ ਜਾਂਦੇ ਨੇ, ਗੁਰਬਾਣੀ ਦੇ ਸਤਿਕਾਰ ਦਾ ਉਚਾਰਨ ਦਾ ਖਿਆਲ ਹੀ ਕੋਈ ਨਹੀਂ ਰੱਖਦੇ। ਪਹਿਲਾਂ ਹੀ ਇੰਨੀ ਗਿਰਾਵਟ ਸਾਡੇ ਵਿੱਚ ਆ ਚੁੱਕੀ ਹੈ, ਅਤੇ ਉੱਪਰੋਂ ਸਾਡੇ ਇਹ ਵੀਰ ਹੋਰ ਪ੍ਰਚਾਰ ਕਰੀ ਜਾਂਦੇ ਨੇ ਜੀ ਸੰਥਿਆ ਕਰਨ ਦੀ ਲੋੜ ਨਹੀਂ। ਹੁਣ ਦੇਖੋ, ਅੱਖਰ ਇੱਕੋ ਜਿਹਾ ਹੀ ਲਿਖਿਆ ਹੋਇਆ, ਇੱਕੋ ਪਦ ਵਿੱਚ ਦੋ ਵਾਰ ਇਹ ਆਇਆ ਹੈ, ਊੜੇ ਔਂਕੜ ਧੱਦਾ ਰਾਰਾ ਨੰਨਾ। ਇਹ ਤਾਂ ਹੁਣ ਸੰਥਿਆ ਕੀਤਿਆਂ ਕਿਸੇ ਵਿਦਵਾਨ ਗੁਰਮੁਖ ਪਿਆਰੇ ਕੋਲੋਂ ਬਾਣੀ ਦਾ ਪਾਠ ਸਿੱਖਿਆ ਹੀ ਪਤਾ ਲੱਗੇਗਾ ਨਾ ਕਿੱਥੇ ਕੀ ਉਚਾਰਨ ਕਰਨਾ, ਕਿੱਥੇ ਕੀ ਉਚਾਰਨ ਆਵੇਗਾ। ਸੁਣੀ ਉਧਰਨ ਸੰਤ ਸੰਗ ਵਿਧੇ, ਉਧਰਨ ਦੀ ਵਿਧੀ ਸੁਣੀ ਹੈ। ਪਤਤ ਉਧਰਨ, ਪਤਤਾਂ ਦਾ ਉਧਾਰ ਕਰਨ ਵਾਲਾ, ਇਉਂ ਅਰਥਾਂ ਦਾ ਫਰਕ ਪੈ ਜਾਂਦਾ। ਉਧਰਨ ਦਾ ਭਾਵ ਉਧਾਰ ਕਰਨ ਵਾਲਾ, ਅਤੇ ਉਧਰਨ ਆਪ ਉਧਰਨਾ, ਉਧਰਨ ਦੀ ਵਿਧੀ ਸੁਣੀ ਹੈ। ਸੋ ਇਉਂ ਅਰਥ ਦਾ ਫਰਕ ਪੈਂਦਾ ਹੈ। ਹੁਣ ਜਿਸਨੇ ਸੰਥਾ ਨਹੀਂ ਕੀਤੀ, ਜਿਸਨੇ ਪਾਠ ਕਰਨਾ ਸਿੱਖਿਆ ਨਹੀਂ, ਉਹਨੂੰ ਹੁਣ ਕੀ ਪਤਾ ਕਿ ਇੱਥੇ ਇਹ ਪਦ ਕਿਵੇਂ ਬੋਲਣਾ, ਕਿੱਥੇ ਕਿਵੇਂ ਉਚਾਰਨ ਕਰਨਾ, ਕਿੱਥੇ ਕਿੱਦਾਂ ਉਚਾਰਨਾ। ਇਹ ਤਾਂ ਸੰਥਿਆ ਕੀਤੀਆਂ ਹੀ ਪਤਾ ਲੱਗੇਗਾ। ਮਾਤਾ ਪਾਠ ਗੁਰਬਾਣੀ ਵਿੱਚ ਆ ਰਿਹਾ,
ਕਈ ਜਗ੍ਹਾ ਤੇ ਅਰਥ ਮੁਤਾਬਕ ਮਾਤਾ ਆਵੇਗਾ, ਕਈ ਜਗ੍ਹਾ ਤੇ ਮਾਤਾ ਆਵੇਗਾ। ਹੈ ਤਾਂ ਅੱਖਰ ਉਹੀ ਹੈ ਨਾ, ਮੰਮੇ ਕੰਨਾਂ ਤੱਤੇ ਕੰਨਾਂ, ਪਰ ਕਿੱਥੇ ਉਹਨੂੰ ਮਾਤਾ ਬੋਲਣਾ, ਕਿੱਥੇ ਮਾਤਾ ਬੋਲਣਾ, ਇਹ ਤਾਂ ਸਿੱਖਿਆ ਹੀ ਪਤਾ ਲੱਗੇਗਾ। ਇਸ ਲਈ ਗੁਰਬਾਣੀ ਦੀ ਸੰਥਿਆ ਲੈਣੀ ਅਤਿਅੰਤ ਜ਼ਰੂਰੀ ਹੈ। ਹੋਰ ਵੀ ਅਨੇਕਾਂ ਗੁਰਬਾਣੀ ਵਿੱਚ ਐਸੇ ਪਵਿੱਤਰ ਲਫ਼ਜ਼ ਹਨ ਜਿਨ੍ਹਾਂ ਦਾ ਲਿਖਣ ਵਿੱਚ ਤਾਂ ਸਰੂਪ ਉਹੀ ਹੈ, ਪਰ ਅਰਥ ਮੁਤਾਬਕ ਉਹਨਾਂ ਦੇ ਉਚਾਰਨ ਦਾ ਢੰਗ ਤਰੀਕਾ ਵੱਖਰਾ ਵੱਖਰਾ। ਜਿਵੇਂ ਬੁਝਿਆ ਅਤੇ ਬੁੱਝਿਆ, ਬੁੱਝਣਾ ਬੁੱਝਣਾ, ਇਹ ਵੀ ਬੇਨਤੀ ਨਾਲ ਨਾਲ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਹਾਂ। ਇਹ ਵੀ ਸੰਥਾ ਕੀਤਾ ਹੀ ਪਤਾ ਲੱਗੇਗਾ ਕਿ ਕਿੱਥੇ ਬੁੱਝਾ ਹੈ ਅਤੇ ਕਿੱਥੇ ਬੁੱਝਿਆ ਬੁੱਝਿਆ ਪੋਲਾ ਹੈ। ਸੋ ਇਸ ਵਾਸਤੇ ਸੰਥਿਆ ਅਤਿਅੰਤ ਲਾਜ਼ਮੀ ਹੈ। ਆਓ ਅਗਾਂਹ ਪਾਠ ਆਪਾਂ ਸਰਵਣ ਕਰੀਏ ਜੀ। ਭਗਤ ਵਚਨ ਵਾਹਿਗੁਰੂ ਜੀ। ਗਿਆਨੀ ਜੀ ਬੜੀ ਪ੍ਰੇਮ ਸਹਿਤ ਆਪ ਸੰਗਤਾਂ ਨੂੰ ਸੰਥਾ ਕਰਨ ਬਾਰੇ ਬੇਨਤੀ ਕਰ ਰਹੇ ਨੇ। ਸੰਥਾ ਕਰਨੀ ਬਹੁਤ ਜ਼ਰੂਰੀ ਹੈ। ਆਪ ਸੰਗਤਾਂ ਦੇ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਇਹ ਕਮੇਟੀ ਨੇ, ਦਿੱਲੀ ਕਮੇਟੀ ਨੇ ਸਮਾਗਮ ਰਚਾਇਆ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਆ। ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਨੇ ਬੇਨਤੀ ਨੂੰ ਕਬੂਲ ਕਰਦਿਆਂ ਸਤਿਗੁਰਾਂ ਦੀ ਰਹਿਮ ਸਦਕਾ ਇਹ ਸਾਰਾ ਸਮਾਗਮ ਆਪਾਂ ਦਰਸ਼ਨ ਕਰ ਰਹੇ ਹਾਂ। ਹਾਜ਼ਰੀਆਂ ਭਰੇ ਪਾਠ ਬੋਧ ਦੇ ਵਿੱਚੋਂ ਅਤਿਅੰਤ ਜੋ ਘੁੰਡੀਆਂ ਵਾਲੀਆਂ ਬਾਤਾਂ ਨੇ ਉਹਨਾਂ ਨੂੰ ਗ੍ਰਹਿਣ ਕਰ ਰਹੇ। ਸੰਥਾ ਕਰਨੀ ਜ਼ਰੂਰੀ ਹੈ। ਅੱਜ ਦੀ ਗੱਲ ਹੈ ਮੇਰੇ ਸਾਹਮਣੇ ਆਈ, ਮੈਂ ਤਾਂ ਇਹਨੇ ਗਿਆਨੀ ਜੀ ਹੋਰਾਂ ਨੇ ਬੋਲ ਦਿੱਤਾ। ਮੈਂ ਗਿਆਨੀ ਜੀ ਹੋਰਾਂ ਨੂੰ ਵੀ ਸੁਬਹਾ ਬੇਨਤੀ ਕੀਤੀ ਸੀ। ਮੈਂ ਅੱਜ ਕਿਤੇ ਸੁਬਹਾ ਦਰਬਾਰ 'ਚ ਜਾ ਵੜਿਆ, ਸੰਥਾ ਦੀ ਗੱਲ ਚੱਲ ਰਹੀ ਨਾ, ਉਹ ਭਾਈ ਜੀ ਕਥਾ ਕਰੀ ਜਾਵੇ, ਕਥਾ ਸੰਡਾ ਮਰਕਾ ਦੀ ਗੱਲ ਚੱਲ ਰਹੀ ਸੀ। ਸੰਡਾ ਇੱਕ ਟੀਚਰ ਦਾ ਨਾਂ ਸੀ ਜੋ ਪ੍ਰਹਿਲਾਦ ਦਾ ਟੀਚਰ ਸੀ, ਉਸਤਾਦ ਸੀ। ਭਗਤ ਪ੍ਰਹਿਲਾਦ ਜੀ ਉਹਦੇ ਕੋਲ ਪੜ੍ਹਨ ਜਾਇਆ ਕਰਦੇ ਸਨ। ਉਹ ਭਾਈ ਜੀ ਸੰਡਾ ਕਹੀ ਜਾਵੇ ਉਹਨੂੰ, ਸੰਡਾ ਕਥਾ ਕਰਨ ਵਾਲਾ, ਅਰਥ ਤਾਂ ਪੜ੍ਹ ਲਏ ਉਹਨੇ ਟੀਕੇ ਤੋਂ, ਪਰ ਪਾਠ ਦਾ ਨਹੀਂ ਪਤਾ ਸੀ। ਜੇ ਸੰਥਿਆ ਕੀਤੀ ਹੁੰਦੀ ਉਹਨੂੰ ਜ਼ਰੂਰ ਪਤਾ ਵੀ ਸੰਡਾ ਹੈ, ਅਤੇ ਉਹਨੂੰ ਸੰਡੇ ਦਾ ਵੀ ਪਤਾ ਹੋਣਾ ਸੀ। ਸੰਡਾ ਸੰਡਾ ਸਾਡੇ ਪੰਜਾਬ ਵਿੱਚ ਨਾ ਝੋਟੇ ਨੂੰ ਕਹਿੰਦੇ ਨੇ, ਝੋਟੇ ਨੂੰ ਸਾਰੇ ਪੰਜਾਬੀ ਤੁਸੀਂ ਜਾਣਦੇ ਹੋ। ਕਿੱਥੇ ਇੱਕ ਟੀਚਰ, ਕਿੱਥੇ ਝੋਟਾ, ਅਰਥ ਦਾ ਅਨਰਥ ਹੋ ਗਿਆ ਨਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਵੀ ਫੁਰਮਾਨ ਕੀਤਾ ਹੈ, ਕਰੈ ਅਨਰਥੰਗ ਲਾਹੈ ਨਾ ਅਰਥੰਗ। ਕਲਯੁਗ ਦੇ ਵਿੱਚ ਗਿਆਨੀ ਇਹੋ ਜਿਹੇ ਹੋਣਗੇ, ਆਪ ਨਾ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ। ਸੋ ਇਹਨਾਂ ਬਚਨਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਥਾ ਨਾਲ ਜ਼ਰੂਰ ਜੁੜੀਏ, ਅਤੇ ਜੇ ਇਹੋ ਜਿਹੇ ਉਚਾਰਨ ਅਸ਼ੁੱਧ ਕਰ ਰਹੇ ਹਾਂ ਨਾ, ਤਾਂ ਸ਼ੁੱਧ ਤਾਂ ਸੰਥਾ 'ਚੋਂ ਹੀ ਹੋਣੇ ਨੇ। ਸੰਪਰਦਾਵਾਂ ਸਤਿਗੁਰੂ ਮਹਾਰਾਜ ਜੀ ਨੇ ਆਪ ਚਲਾਈਆਂ ਨੇ ਸੰਗਤਾਂ ਦੇ ਭਲੇ ਹਿੱਤ। ਇਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੋਰ ਬਾਣੀ ਪੜ੍ਹੀਏ ਨਾ, ਵਿਸਥਾਰ ਸਹਿਤ ਪਤਾ ਲੱਗ ਜਾਂਦਾ ਵੀ ਇਹੋ ਜਿਹੇ ਗਿਆਨੀ ਹੋਣੇ ਨੇ, ਬੜੇ ਹੋਣਗੇ, ਪਰ ਸਿੱਖ ਨਾ ਗੁਰੂ ਕਾ ਡੋਲੇ ਧਰਤੀ ਨਿਸ਼ੰਗ ਡੋਲ ਜੇ। ਸੋ ਵਿਸਥਾਰ ਵਿੱਚ ਨਾ ਜਾਈਏ। ਗਿਆਨੀ ਜੀ ਨੇ ਆਪ ਜੀ ਸੰਗਤਾਂ ਨੂੰ ਬੇਨਤੀ ਕੀਤੀ, ਸੰਥਾ ਕਰਨੀ ਅਤਿ ਜ਼ਰੂਰੀ ਹੈ। ਸੋ ਆਪ ਵਡਭਾ ਕੇ ਉਹ ਸੰਥਾ ਵਿੱਚ ਜੋ ਅਨਮੋਲ ਬਚਨ ਸਤਿਕਾਰਯੋਗ ਗਿਆਨੀ ਪੁਰਸ਼ ਦੱਸ ਰਹੇ ਨੇ, ਆਪ ਉਹਨਾਂ ਨੂੰ ਗ੍ਰਹਿਣ ਕਰੀ ਜਾਣਾ ਜੀ।
ਸੋ ਅੱਗੇ ਪਾਠ ਸਰਵਣ ਕਰੀਏ ਜੀ। ਸੰਥਾ ਅਤਿ ਜ਼ਰੂਰੀ ਹੈ ਸਤਸੰਗਤ ਜੀ। ਹਾਂਜੀ, ਪਾਠ ਸਰਵਣ ਕਰੀਏ। ਭਗਤ ਵਛਲ ਹਰ ਬਿਰਦ ਆਪ ਬਣਾਇਆ, ਜਹ ਜਹ ਸੰਤ ਅਰਾਧ ਹੈ ਤਹ ਤਹ ਪ੍ਰਗਟਾਇਆ। ਪ੍ਰਭ ਆਪ ਲੀਏ ਸਮਾਏ ਸਹਿਜ ਸੁਭਾਏ, ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾਮੰਗਲ ਸਰਬ ਦੁਖ ਵਿਸਾਰਿਆ। ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ, ਨਾਨਕ ਪਯੰਪੈ ਚਰਣ ਜੰਪੈ ਭਗਤ ਵਛਲ ਹਰ ਬਿਰਦ ਆਪ ਬਣਾਇਆ। ਆਸਾ ਮਹੱਲਾ ਪੰਜਵਾ। ਥਿਰ ਸੰਤਨ ਸੁਹਾਗ ਮਰੈ ਨਾ ਜਾਵੈ, ਜਾ ਕੈ ਗ੍ਰਹਿ ਹਰ ਨਾਹੁ ਸੋ ਸਦ ਹੀ ਰਾਵੈ। ਅਵਿਨਾਸੀ ਅਵਗਤ ਸੋ ਪ੍ਰਭ ਸਦਾ ਨਵਤਲ ਨਿਰਮਲਾ, ਸਦਾ ਨਵਤਨ ਨਿਰਮਲਾ ਨਹਿ ਦੂਰ ਸਦਾ ਹਦੂਰ ਠਾਕੁਰ, ਦਹਿ ਦਿਸ ਪੂਰਨ ਸਦ ਸਦਾ ਪ੍ਰਾਨ ਪਤ ਗਤ ਮਤ ਜਾਤੇ ਪ੍ਰਿਯ ਪ੍ਰੀਤ ਪ੍ਰੀਤਮ ਭਾਵੈ। ਪ੍ਰਾਨ ਪਤ ਗਤ ਮਤ ਜਾਤੇ ਪ੍ਰਿਯ ਪ੍ਰੀਤ ਪ੍ਰੀਤਮ ਭਾਵੈ, ਨਾਨਕ ਵਖਾਣੈ ਗੁਰ ਬਚਨ ਜਾਣੈ ਥਿਰ ਸੰਤਨ ਸੁਹਾਗ ਮਰੈ ਨਾ ਜਾਵੈ। ਜਾ ਕਉ ਰਾਮ ਪਤਾਰ ਤਾ ਕੈ ਅਨਦ ਘਣਾ, ਸੁਖਵੰਤੀ ਸਾ ਨਾਰ ਸੋਭਾ ਪੂਰ ਬਣਾ। ਪਤਾਰ ਸ਼ਬਦ ਕਹਿਣ ਲੱਗਿਆ ਵੀ ਧਿਆਨ ਰੱਖਣਾ, ਪਤਾਰ ਸ਼ਬਦ ਪੂਰਾ ਸ਼ੁੱਧ ਨਹੀਂ ਹੈ। ਪਤਾਰ ਤੱਤਾ ਲੱਗਿਆ, ਪਤਾਰ ਪਤਾਹਾਰ ਨਹੀਂ ਕਹਿਣਾ, ਤੱਤੇ ਦਾ ਧਿਆਨ ਦੇਣਾ ਸਭ ਸੰਗਤਾਂ ਨੇ। ਹਾਂਜੀ, ਜਾ ਕਉ ਰਾਮ ਪਤਾਰ ਤਾ ਠੀਕ ਹੈ, ਠੀਕ ਹੁਣ ਠੀਕ। ਤਾ ਕਹਿ ਅਨਦ ਘਣਾ ਸੁਖਵੰਤੀ ਸਾ ਨਾਰ ਸੋਭਾ ਪੂਰ ਬਣਾ। ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ, ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਨਹੀਂ ਊਨਾ ਸਭ ਕਛੂ। ਮਧੁਰ ਬਾਣੀ ਪ੍ਰਹਿ ਮਾਨੀ ਥਿਰ ਸੁਹਾਗ ਤਾ ਕਾ ਬਣਾ, ਨਾਨਕ ਵਖਾਣੈ ਗੁਰ ਬਚਨ ਜਾਣੈ ਜਾ ਕੋ ਰਾਮ ਪਤਾਰ ਤਾ ਕੈ ਅਨਦ ਘਣਾ। ਆਓ ਸਖੀ ਸੰਤ ਪਾਸ ਸੇਵਾ ਲਾਗੀਐ, ਪੀਸੋ ਚਰਨ ਪਖਾਰ ਆਪ ਤਿਆਗੀਐ, ਤਜ ਆਪ ਮਿਟੈ ਸੰਤਾਪ ਆਪ ਨਹਿ ਜਾਣ ਆਈਐ, ਸਰਣ ਗਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ। ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਐ, ਨਾਨਕ ਵਖਾਣੈ ਗੁਰ ਬਚਨ ਜਾਣੈ ਆਓ ਸਖੀ ਸੰਤ ਪਾਸ ਸੇਵਾ ਲਾਗੀਐ। ਜਾ ਕੈ ਮਸਤਕ ਭਾਗ ਸੇ ਸੇਵਾ ਲਾਇਆ, ਤਾ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ। ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ, ਭਰਮ ਮੋਹ ਵਿਕਾਰ ਦੂਜਾ ਸਗਲ ਤਿਨਹਿ ਤਿਆਗਿਆ। ਮਨ ਸ਼ਾਂਤ ਸਹਿਜ ਸੁਭਾਉ ਊਠਾ ਅਨੰਦ ਮੰਗਲ ਗੁਣ ਗਾਇਆ, ਨਾਨਕ ਵਖਾਣੈ ਗੁਰ ਬਚਨ ਜਾਣੈ ਜਾ ਕੈ ਮਸਤਕ ਭਾਗ ਸੇ ਸੇਵਾ ਲਾਇਆ। ਆਸਾ ਮਹੱਲਾ ਪੰਜਵਾ। ਸਲੋਕ
ਹਰ ਹਰ ਨਾਮ ਜਪੰਤਿਆ ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੈ ਗੋਪਾਲ। ਛੰਤ ਮਿਲੋ ਸੰਤਨ ਕੈ ਸੰਗ। ਆ ਗਿਆਨੀ ਦੱਸ ਰਹੇ ਨੇ ਸੁਖਦੇਵ ਸਿਓਰੀ, ਸਤਿਕਾਰਯੋਗ ਮਹਾਂਪੁਰਸ਼ਾਂ ਵੱਲੋਂ ਸਾਡੇ ਇੰਚਾਰਜ ਨੇ ਸਮਾਗਮ ਦੇ, ਕਹਿੰਦੇ ਵੀ ਇੱਥੇ ਕਈ ਹਰ ਹਰ ਨਾਮ ਜਪੰਤਿਆਂ ਨੂੰ ਜਪੰਦਿਆਂ ਹੀ ਕਹਿ ਜਾਂਦੇ ਨੇ, ਇਹ ਵੀ ਧਿਆਨ ਰੱਖਣਾ ਪਾਠ ਕਰਦਿਆਂ। ਜਪੰਤਿਆ ਪਾਠੀ ਸਿੰਘ ਨੇ ਪਾਠ ਕੀਤਾ ਇਸ ਪ੍ਰਕਾਰ। ਹਾਂਜੀ ਚਲੋ ਅੱਗੇ। ਛੰਤ ਮਿਲੋ ਸੰਤਨ ਕੈ ਸੰਗ, ਮੋਹੇ ਉਧਾਰ ਲੇਹੋ, ਬਿਨੋ ਕਰੋ ਕਰ ਜੋੜ, ਹਰ ਹਰ ਨਾਮ ਦੇਹੋ, ਹਰ ਨਾਮ ਮੰਗੋ ਚਰਨ ਲਾਗੋ, ਮਾਨ ਤਿਆਗੋ ਤੁਮ ਦਇਆ, ਕਤ ਹੂੰ ਨਾ ਧਾਵੋ ਸਰਣ ਪਾਵੋ, ਕਰੁਣਾ ਮੈਂ ਪ੍ਰਭ ਕਰ ਮਇਆ। ਸਮਰੱਥ ਅਗਥ ਅਪਾਰ ਨਿਰਮਲ, ਸੁਣਹੋ ਸੁਆਮੀ ਬਿਨੋ ਏਹੋ, ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲੇਹੋ। ਸਮਰੱਥ ਅਗਥ ਅਪਾਰ ਨਿਰਮਲ, ਇੱਥੇ ਅਗਥ ਪਾਠ ਗੱਗੇ ਦੇ ਨਾਲ ਆਇਆ ਹੈ। ਪਿੱਛੇ ਸਾਰੇ ਪਾਠ ਜੋ ਇਸ ਭਾਵ ਦੇ ਆਏ ਸਨ ਅਕੱਥ ਕੱਕੇ ਨਾਲ ਆਉਂਦੇ ਨੇ, ਇੱਥੇ ਅਗਥ ਹੈ ਗੱਗੇ ਦੇ ਨਾਲ। ਇਹ ਉਚਾਰਨ ਵੇਲੇ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਜੀ। ਅਪਰਾਧੀ ਮਤਹੀਨ, ਨਿਰਗੁਣ ਅਨਾਥ ਨੀਚ, ਸਾਠ ਕਠੋਰ ਕੁਲਹੀਨ, ਵਿਆਪਤ ਮੋਹ ਕੀਚ। ਸਾਠ ਪੋਲਾ ਬੋਲਣਾ, ਇਹਦੇ ਉੱਪਰ ਸੱਸੇ 'ਤੇ ਭਾਰਾ ਨਹੀਂ ਕਰਨਾ, ਵਜ਼ਨ ਨਹੀਂ ਦੇਣਾ, ਸੱਠ ਨਹੀਂ ਕਹਿਣਾ, ਗਿਣਤੀ ਦਾ ਵਾਚਕ ਨਹੀਂ। ਸੱਠ ਦਾ ਅਰਥ ਹੈ ਮੂਰਖ, ਬੇਸਮਝ। ਸਾਠ ਕਠੋਰ ਕੁਲਹੀਨ, ਵਿਆਪਤ ਮੋਹ ਕੀਚ। ਮਾਲ ਭਰਮ ਕਰਮ ਅਹੰ ਮਮਤਾ, ਮਰਨ ਚੀਤ ਨਾ ਆਵੇ, ਬਨਤਾ ਬਿਨੋਦ ਆਨੰਦ ਮਾਇਆ, ਅਗਿਆਨਤਾ ਲਪਟਾਵੇ। ਖਿਸੈ ਜੋਬਨ ਬਧੈ ਜਰੂਆ, ਦਿਨ ਨਿਹਾਰੇ ਸੰਗ ਮੀਚ, ਬਿਨਵੰਤ ਨਾਨਕ ਆਸ ਤੇਰੀ, ਸਰਣ ਸਾਧੂ ਰਾਖ ਨੀਚ। ਭਰਮੇ ਜਨਮ ਅਨੇਕ, ਸੰਕਟ ਮਹਾ ਜੋਨ, ਲਪਟ ਰਹਿਓ ਤਿਹ ਸੰਗ, ਮੀਠੇ ਭੋਗ ਸੋ ਨਾ। ਭ੍ਰਮਤ ਭਾਰ ਅਗਨਤ ਆਇਓ, ਬਹੁ ਪਰਦੇਸ ਹੈ ਧਾਇਓ, ਅਬ ਓਟ ਧਾਰੀ ਪ੍ਰਭ ਮੁਰਾਰੀ, ਸਰਬ ਸੁਖ ਹਰ ਨਾਇਓ। ਰਾਖਨ ਹਾਰੇ ਪ੍ਰਭ ਪਿਆਰੇ, ਮੋਜ ਤੇ ਕਛੂ ਨਾ ਹੋਆ ਹੋ ਨਾ। ਸੁਖ ਸਹਿਜ ਆਨੰਦ ਨਾਨਕ, ਕਿਰਪਾ ਤੇਰੀ ਤਰੇ ਭਾਉਨ। ਮੀਠੇ ਭੋਗ ਸੋ ਨਾ, ਮੁਝ ਤੇ ਕਛੂ ਨਾ ਹੋਵਾ ਹੋ ਨਾ। ਇਹ ਜੋ ਪਾਠ ਹਨ ਆਮ ਤੌਰ 'ਤੇ ਇਹ ਛਾਪੇ ਵਿੱਚ ਇਕੱਠੇ ਛਪੇ ਹੁੰਦੇ ਨੇ, ਸੋਨ ਹੋਣ ਚਾਲ ਮੁਤਾਬਕ ਇਉਂ ਵੀ ਪਾਠ ਕੀਤਾ ਜਾਂਦਾ ਹੈ, ਪਰ ਮੁੱਖ ਰੂਪ ਵਿੱਚ ਸੋ ਨਾ ਵੱਖਰਾ, ਹੋ ਨਾ ਵੱਖਰਾ। ਹਾਂਜੀ, ਜੋਨ ਪਾਠ ਇਕੱਠਾ ਹੀ ਆਵੇਗਾ ਪਹਿਲੀ ਪੰਕਤੀ ਵਿੱਚ, ਉਹ ਵੱਖਰਾ ਨਹੀਂ ਹੋਵੇਗਾ। ਭਰਮੇ ਜਨਮ ਅਨੇਕ, ਸੰਕਟ ਮਹਾ ਜੋਨ, ਲਪਟ ਰਹਿਓ ਤਿਹ ਸੰਗ, ਮੀਠੇ ਭੋਗ ਸੋ ਨਾ। ਇਸੇ ਤਰ੍ਹਾਂ ਅਖੀਰਲੀਆਂ ਪੰਕਤੀਆਂ, ਰਾਖਨ ਹਾਰੇ ਪ੍ਰਭ ਪਿਆਰੇ, ਮੁਝ ਤੇ ਕਛੂ ਨਾ ਹੋਵਾ ਹੋ ਨਾ, ਸੁਖ ਸਹਿਜ ਆਨੰਦ ਨਾਨਕ, ਕਿਰਪਾ ਤੇਰੀ ਤਰੈ ਭਾਉਨ। ਇਹ ਭਾਉਨ ਇਕੱਠਾ ਹੀ ਆਵੇਗਾ, ਇੱਥੇ ਨੰਨਾ ਵੱਖ ਨਹੀਂ ਹੋਵੇਗਾ।
ਨਾਮ ਧਾਰੀਕ ਉਧਾਰੇ ਭਗਤ ਹੈ ਸੰਸਾ ਕੌਣ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨਹੋ ਸ੍ਰਵਨ ਸੋਨ ਸ੍ਰਵਨ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵਹੇ ਹਰ ਰੰਗ ਰਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵਹੇ ਬਸੁਦ ਕਾਗਦ ਬਨ ਰਾਜ ਕਲਮਾ ਲਿਖਣ ਕਉ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾ ਕੀ ਸਰਣ ਗਹੀ ਨਿਰਭਉ ਭਏ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧਪ ਜਾਣਿਆ ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨੇਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ ਰਾਮ ਨਾਮ ਉਰ ਹਾਰ ਬੇਖ ਕੇ ਦਿਵਸ ਗਏ ਗਾਤ ਭਰਮ ਮੋਹ ਬਿਕਾਰ ਬਿਨਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ਗੋਵਿੰਦ ਗੋਪਾਲ ਦਇਆਲ ਸਮ੍ਰਿਥ ਬੋਲ ਸਾਧੂ ਹਰ ਜੈ ਜਾਏ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਜਹਿ ਦੇਖੋ ਤਹਿ ਸੰਗ ਏਕੋ ਰਵ ਰਹਿਆ ਘਟ ਘਟ ਵਾਸੀ ਆਪ ਵਿਰਲੈ ਕਿਨੈ ਲਹਿਆ ਜਾਲ ਥਲ ਮਹੀਅਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮੱਧ ਸੋਈ ਗੁਰ ਪ੍ਰਸਾਦੀ ਜਾਣਿਆ ਬ੍ਰਹਮ ਪਸਾਰਾ ਬ੍ਰਹਮ ਲੀਲਾ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਕਲਮਲ ਪਾਪ ਟਰੇ ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟ ਮਗ ਦਿਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀਦਾ ਪਾਇਆ ਹਰ ਦੇਖ ਦਰਸਨ ਇੱਛ ਪੁੰਨੀ ਕੁਲ ਸੰਭੂਹਾ ਸਭ ਤਰੇ ਦਿਨ ਸਰੈਣ ਆਨੰਦ ਅਨਦਿਨ ਸਿਮਰੰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾਂ ਛੰਤ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੋਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਛੰਤ ਭਿੰਨੀ ਰਹਿ ਨੜੀਐ ਚਾ ਮੱਕਣ ਤਾਰੇ ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਇਸ ਪੰਗਤੀ ਦਾ ਪਾਠ ਆਮ ਤੌਰ 'ਤੇ ਪਾਠੀਆਂ ਰਾਗੀਆਂ ਕੋਲੋਂ ਬਹੁਤਾ ਹੀ ਗਲਤ ਉਚਾਰਨ ਸੁਣਿਆ ਜਾਂਦਾ। ਰੈਨੜੀਐ ਦੀ ਜਗ੍ਹਾ 'ਤੇ ਰੈਨੜੀਏ ਬੋਲਦੇ ਨੇ ਅਤੇ ਅੱਗੇ ਚਮਕਣ ਤਾਰੇ ਇਉਂ ਬੋਲ ਜਾਂਦੇ ਨੇ, ਕੰਨੇ ਨੂੰ ਛੱਡ ਹੀ ਜਾਂਦੇ ਨੇ, ਚੱਚੇ ਨੂੰ ਕੰਨਾਂ ਵੀ ਲਿਖਿਆ ਹੋਇਆ। ਚਾ ਮੱਕਣ, ਮੰਮੇ 'ਤੇ ਥੋੜ੍ਹਾ ਵਜ਼ਨ ਵੀ ਆਉਣਾ ਹੈ। ਚਾ ਮੱਕਣ ਤਾਰੇ, ਚੱਚੇ ਦੇ ਕੰਨੇ ਦਾ ਵੀ ਉਚਾਰਨ ਕਰਨਾ। ਭਿੰਨੀ ਰੈਨੜੀਐ
ਚਮਕਣ ਤਾਰੇ, ਚਮਕਣ ਤੋਂ ਭਾਵ ਟਿਮਟਮਾਉਣ ਦਾ ਹੈ, ਚਮਕਣ ਤੋਂ ਭਾਵ ਚਮਕਣ ਦਾ ਹੈ ਅਤੇ ਚਮਕਣ ਤੋਂ ਭਾਵ ਟਿਮਟਮਾਉਂਦੇ ਹਨ। ਇਉਂ ਇਹ ਖਿਆਲ ਰੱਖਣਾ ਚਮਕਣ ਪਾਠ ਕਰਨਾ ਹੈ, ਚਮਕਣ ਜਾਂ ਚਾਮਕਣ ਨਹੀਂ। ਰਾਮ ਪਿਆਰੇ ਸਦਾ ਜਗ ਹੈ, ਨਾਮ ਸਿਮਰ ਹੈ ਅਨਦਿਨੋ, ਚਰਨ ਕਮਲ ਧਿਆਨ ਹਿਰਦੈ, ਪ੍ਰਭ ਬਿਸਰ ਨਾਹੀ ਇੱਕ ਖਿਨੋ। ਤਜ ਮਾਨ ਮੋਹ ਬਿਕਾਰ ਮਨ ਕਾ, ਕਲਮਲਾ ਦੁਖ ਜਾਰੇ, ਬਿਨਵੰਤ ਨਾਨਕ ਸਦਾ ਜਗ ਹੈ, ਹਰ ਦਾਸ ਸੰਤ ਪਿਆਰੇ, ਮੇਰੀ ਸੇਜੜੀਐ ਆਡੰਬਰ ਬਣਿਆ। ਇੱਥੇ ਵੀ ਸੇਜੜੀਏ ਬੋਲ ਜਾਂਦੇ ਨੇ, ਮੇਰੀ ਸੇਜੜੀਏ, ਪਰ ਐੜੇ ਦੁਲਾਵਾਂ ਦੇ ਨਾਲ ਪਾਠ ਹੈ, ਮੇਰੀ ਸੇਜੜੀਐ ਆਡੰਬਰ ਬਣਿਆ। ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ, ਅਨੰਦ ਭਇਆ, ਆਨੰਦ ਭਇਆ ਨਹੀਂ ਬੋਲਣਾ, ਅਨੰਦ ਭਇਆ, ਹਾਂਜੀ। ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ, ਚਾਵ ਮੰਗਲ ਰਸ ਭਰੇ, ਅੰਗ ਸੰਗ ਲਾਗੇ ਦੁਖ ਭਾਗੇ, ਪ੍ਰਾਨ ਮਨ ਤਨ ਸਭ ਹਰੇ, ਮਨ ਇੱਛ ਪਾਈ ਪ੍ਰਭ ਧਿਆਈ, ਸੰਜੋਗ ਸਾਹਾ ਸੁਭ ਗਣਿਆ, ਬਿਨਵੰਤ ਨਾਨਕ ਮਿਲੇ ਸ੍ਰੀ ਧਰ, ਸਗਲ ਆਨੰਦ ਰਸ ਬਣਿਆ। ਮਿਲ ਸਖੀਆ ਪੁੱਛ ਹੈ ਕਹੋ ਕੰਤ ਨੀਸਾਣੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ, ਗੁਣ ਗੂੜ ਗੁਪਤ ਅਪਾਰ ਕਰਤੇ, ਨਿਗਮ ਅੰਤ ਨਾ ਪਾਵਹੇ, ਭਗਤ ਭਾਏ ਧਿਆਏ ਸੁਆਮੀ, ਸਦਾ ਹਰ ਗੁਣ ਗਾਵਹੇ। ਸਗਲ ਗੁਣ ਸੋ ਗਿਆਨ ਪੂਰਨ, ਆਪਣੇ ਪ੍ਰਭ ਭਾਣੀ, ਬਿਨਵੰਤ ਨਾਨਕ ਰੰਗ ਰਾਤੀ, ਪ੍ਰੇਮ ਸਹਿਜ ਸਮਾਣੀ, ਸੁਖ ਸੋਹੇਲੜੇ ਹਰ ਗਾਵਣ ਲਾਗੇ, ਸਾਜਨ ਸਰਸੇ ਅੜੇ ਦੁਖ ਦੁਸਮਨ ਭਾਗੇ, ਸੁਖ ਸਹਿਜ ਸਰਸੇ ਹਰ ਨਾਮ ਰਹਸੇ, ਪ੍ਰਭ ਆਪ ਕਿਰਪਾ ਧਾਰੀਆ, ਹਰ ਚਰਨ ਲਾਗੇ ਸਦਾ ਜਾਗੇ, ਮਿਲੇ ਪ੍ਰਭ ਬਨਵਾਰੀਆ, ਸੁਭ ਦਿਵਸ ਆਏ ਸਹਿਜ ਪਾਏ, ਸਗਲ ਨਿਧ ਪ੍ਰਭ ਪਾਗੇ, ਸੁਭ ਦਿਵਸ ਆਏ ਸਹਿਜ ਪਾਏ, ਸਗਲ ਨਿਧ ਪ੍ਰਭ ਪਾਗੇ, ਬਿਨਵੰਤ ਨਾਨਕ ਸਰਣ ਸੁਆਮੀ, ਸਦਾ ਹਰ ਜਨ ਤਾਗੇ। ਆਸਾ ਮਹੱਲਾ ਪੰਜਵਾ, ਓਠ ਵੰਜ ਵਟਾਉੜਿਆ, ਤੈ ਕਿਆ ਚਿਰ ਲਾਇਆ। ਵਟਾਉੜਿਆ, ਇਹਦੇ ਵਿੱਚ ਐੜਾ ਨਾ ਬਣ ਜਾਵੇ, ਵਟਾਉੜਿਆ, ਇਉਂ ਕਰਕੇ ਨਹੀਂ ਬੋਲਣਾ। ਆਮ ਇਹ ਉਚਾਰਨ ਸੁਣੀਦਾ ਹੈ, ਵਟਾਊ ਅੜਿਆ, ਅੜਿਆ ਨਹੀਂ ਵਟਾਊੜਿਆ। ਇਕੱਠਾ ਪਾਠ ਇਸੇ ਰੂਪ ਵਿੱਚ ਕਰਨਾ ਜੀ। ਮੋਹਲਤ ਪੁੰਨੜੀਆ ਕਿਤ ਕੂੜ ਲੋਭਾਇਆ, ਕੂੜੇ ਲੁਭਾਇਆ ਧੋਹ ਮਾਇਆ, ਕਰਹਿ ਪਾਪ ਅਮਿਤਿਆ, ਤਨ ਭਸਮ ਢੇਰੀ ਜਮ ਹੈ ਹੇਰੀ, ਕਾਲ ਬਪੜੈ ਜਿੱਤਿਆ। ਮਾਲ ਜੋਬਨ ਛੋਡ ਵੈਸੀ, ਰਹਿਓ ਪਹਿਨਣ ਖਾਇਆ, ਨਾਨਕ ਕਮਾਣਾ ਸੰਗ ਜੁਲਿਆ, ਨਹਿ ਜਾਏ ਕਿਰਤ ਮਿਟਾਇਆ। ਫਾਥੋਹ ਮਿਰਗ ਜਿਵੈ ਪੇਹ ਰੈਣ ਚੰਦਰਾਇਣ। ਮਾਲ ਜੋਬਨ ਛੋਡ ਵੈਸੀ, ਵੈਸੀ ਨਹੀਂ ਕਰਨਾ, ਵੈਸੀ ਵੈਸੀ ਤੋਂ ਭਾਵ ਹੁੰਦਾ ਉਹ ਹੋ ਜਾਈ, ਅਤੇ ਵੈਸੀ ਜਾਣਾ, ਇਹ ਲਹਿੰਦੇ ਦੀ ਬੋਲੀ ਹੈ, ਛੋਡ ਵੈਸੀ ਛੱਡ ਜਾਵੇਗਾ, ਹਾਂਜੀ। ਸੁਖ ਹੋ ਦੁਖ ਭਏ ਨਿਤ ਪਾਪ ਕਮਾਇਣ, ਪਾਪਾਂ ਕਮਾਣੇ ਛੱਡ ਹੈ ਨਾਹੀ, ਲੈ ਚੱਲੇ ਘੱਤ ਗਲਾਵਿਆ,
ਹਰ ਚੰਦੌਰੀ ਦੇਖ ਮੂਠਾ, ਕੂੜ ਸੇਜਾ ਰਾਵਿਆ, ਲਭ ਲੋਭ ਅਹੰਕਾਰ ਮਾਤਾ, ਗਰਭ ਭਇਆ ਸਮਾਇਣ, ਨਾਨਕ ਮ੍ਰਿਗ ਅਗਿਆਨ ਬਿਨਸੇ, ਨਹਿ ਮਿਟੈ ਆਵਣ ਜਾਇਣ, ਮਿਠੈ ਮਖ ਮੁਆ, ਕਿਉ ਲਏ ਉਡਾਰੀ, ਹਸਤੀ ਗਰਤ ਪਇਆ, ਕਿਉ ਤਰੀਐ ਤਾਰੀ, ਤਰਨ ਦੁਹੇਲਾ ਭਇਆ ਖਿਨ ਮਹਿ, ਖਸਮ ਚਿਤ ਨ ਆਇਓ, ਦੁਖਾ ਸਜਾਈ ਗਣਤ ਨਾਹੀ, ਕੀਆ ਆਪਣਾ ਪਾਇਓ, ਗੁਝਿਆ ਕਮਾਣਾ ਪ੍ਰਗਟ ਹੋਆ, ਈਤ ਉਤਹੈ ਖੁਆਰੀ, ਨਾਨਕ ਸਤਿਗੁਰ ਬਾਜ ਮੂਠਾ, ਮਨ ਮੁਖੋ ਅਹੰਕਾਰੀ। ਮਿੱਠੈ ਮਖ ਮੁਆ, ਕਿਉ ਲਏ ਉਹ ਡਾਰੀ, ਲਾਏ ਨਹੀਂ ਬੋਲਣਾ ਕਈ ਅਗਿਆਨ ਦੇ ਵਿੱਚ, ਅਣਗਹਿਲੀ ਵਿੱਚ ਲਾਏ ਬੋਲ ਜਾਂਦੇ ਨੇ, ਕਿਉ ਲਏ ਉਹ ਡਾਰੀ। ਹਰ ਕੇ ਦਾਸ ਜੀਵੇ, ਲੱਗ ਪ੍ਰਭ ਕੀ ਚਰਣੀ, ਕੰਠ ਲਗਾਏ ਲੀਏ ਤਿਸ ਠਾਕੁਰ ਸਰਣੀ, ਬਲ ਬੁੱਧ ਗਿਆਨ ਧਿਆਨ ਆਪਣਾ, ਆਪ ਨਾਮ ਜਪਾਇਆ, ਸਾਧ ਸੰਗਤ ਆਪ ਹੋਆ, ਆਪ ਜਗਤ ਤਰਾਇਆ, ਰਾਖ ਲੀਏ ਰੱਖਣ ਹਾਰੈ, ਸਦਾ ਨਿਰਮਲ ਕਰਣੀ, ਨਾਨਕ ਨਰਕ ਨਾ ਜਾਹੇ ਕਬਹੂੰ, ਹਰ ਸੰਤ ਹਰ ਕੀ ਸਰਣੀ। ਆਸਾ ਮਹੱਲਾ ਪੰਜਵਾ, ਵਾਂਝਾ ਮੇਰੇ ਆਲਸਾ, ਹਰ ਪਾਸ ਬੇਨੰਤੀ। ਵਾਂਝ ਮੇਰੇ ਆਲਸਾ, ਹਰ ਪਾਸ ਬੇਨੰਤੀ। ਵਾਂਝਾ ਮੇਰੇ ਆਲਸਾ, ਹਰ ਪਾਸ ਬੇਨੰਤੀ, ਰਾਵੋ ਸਹੋ ਆਪਣੜਾ, ਪ੍ਰਭ ਸੰਗ ਸੋ ਹੰਤੀ, ਸੰਗੇ ਸੋ ਹੰਤੀ ਕੰਤ ਸੁਆਮੀ, ਦਿਨ ਸਰੈਣੀ ਰਾਵੀਐ, ਸਾਸ ਸਾਸ ਚਿਤਾਰ ਜੀਵਾ, ਪ੍ਰਭ ਪੇਖ ਹਰ ਗੁਣ ਗਾਵੀਐ, ਬਿਰਹਾ ਲਜਾਇਆ ਦਰਸ ਪਾਇਆ, ਅਮਿਓ ਦ੍ਰਿਸ਼ਟ ਸਿੰਚੰਤੀ, ਬਿਨਵੰਤ ਨਾਨਕ ਮੇਰੀ ਇੱਛ ਪੁੰਨੀ, ਮਿਲੇ ਜਿਸ ਖੋ ਜੰਤੀ, ਨਾਸ ਵੰਯਹੋ ਕਿਲ ਵਿਖੋ, ਕਰਤਾ ਘਰ ਆਇਆ, ਦੂਤ ਹੈ ਦਹਿਨ ਭਇਆ, ਗੋਵਿੰਦ ਪ੍ਰਗਟਾਇਆ, ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਸਾਧ ਸੰਗ ਵਖਾਣਿਆ। ਬਿਰਹਾ ਲਜਾਇਆ, ਇਹਨੂੰ ਥੋੜ੍ਹਾ ਭਾਰਾ ਕਰਕੇ ਲੱਲੇ 'ਤੇ ਜ਼ੋਰ ਦੇ ਕੇ ਬਿਰਹਾ ਲਜਾਇਆ ਪਾਠ ਨਹੀਂ ਕਰਨਾ, ਬਿਰਹਾ ਲਜਾਇਆ। ਲੱਜਾ ਵਿਯੋਗ ਜਿਹੜਾ ਉਹ ਲੱਜਾ ਨੂੰ ਪ੍ਰਾਪਤ ਹੋ ਗਿਆ ਜਦੋਂ ਸਤਿਗੁਰੂ ਜੀ ਦਾ ਦਰਸ਼ਨ ਹੋਇਆ, ਇਸ ਕਰਕੇ ਇਸ ਨੂੰ ਲਜਾਇਆ ਪਾਠ ਕਰਨਾ, ਲਜਾਇਆ ਨਹੀਂ ਕਰਨਾ ਜੀ। ਆ ਚਰਜ ਡੀਠਾ ਅਮਿਓ ਬੂਠਾ, ਗੁਰਪ੍ਰਸਾਦੀ ਜਾਣਿਆ, ਮਨ ਸਾਂਤ ਆਈ ਵੱਜੀ ਵਧਾਈ, ਨਹਿ ਅੰਤ ਜਾਈ ਪਾਇਆ, ਬਿਨਵੰਤ ਨਾਨਕ ਸੁਖ ਸਹਿਜ ਮੇਲਾ, ਪ੍ਰਭੂ ਆਪ ਬਣਾਇਆ, ਨਰਕ ਨਾ ਡੀਠੜਿਆ, ਸਿਮਰਤ ਨਾਰਾਇਣ, ਜੈ ਜੈ ਧਰਮ ਕਰੇ ਦੂਤ ਭਏ ਪਲਾਇਣ, ਧਰਮ ਧੀਰਜ ਸਹਿਜ ਸੁਖੀਏ, ਸਾਧ ਸੰਗਤ ਹਰ ਭਜੇ, ਕਰ ਅਨੁਗ੍ਰਹ ਰਾਖ ਲੀਨੇ, ਮੋਹ ਮਮਤਾ ਸਭ ਤਜੇ, ਗਹਿ ਕੰਠ ਲਾਏ ਗੁਰ ਮਿਲਾਏ, ਗੋਵਿੰਦ ਜਪਤ ਅਗਾਇਣ, ਬਿਨਵੰਤ ਨਾਨਕ ਸਿਮਰ ਸੁਆਮੀ, ਸਗਲ ਆਸ ਪੁਜਾਇਣ, ਨਿਧ ਸਿੱਧ ਚਰਨ ਗਹੇ ਤਾ ਕਿਹਾ ਕਾੜਾ, ਸਭ ਕਿਛ ਵਸ ਜਿਸੈ ਸੋ ਪ੍ਰਭੂ ਅਸਾੜਾ,
ਗਹਿ ਭੁਜਾ ਲੀਨੇ ਨਾਮ ਦੀਨੇ ਕਰ ਧਾਰ ਮਸਤਕ ਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅਮਿਓ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਣ ਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਣ ਸੁਆਮੀ ਬਹੁੜ ਜਮ ਨਾ ਉਪਾੜਾ ਆਸਾ ਮਹੱਲਾ ਪੰਜਵਾ ਦਿਨ ਰਾਤ ਕਮਾਇੜੋ ਸੋ ਆਇਓ ਮਾਥੈ ਜਿਸ ਪਾਸ ਲੁਕਾਏ ਦੜੋ ਸੋ ਵੇਖੀ ਸਾਥੈ ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈਐ ਸੋ ਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਹਿਰ ਹਰ ਨਾਮ ਸਿਮਰਹੋ ਚੱਲੈ ਤੇਰੇ ਸਾਥੇ ਭਜ ਸਾਧ ਸੰਗਤ ਸਦਾ ਨਾਨਕ ਮਿਟਹੈ ਦੋਖ ਕਮਾਤੇ ਵਲ ਵੰਚ ਕਰ ਉਦਰ ਭਰਹੈ ਮੂਰਖ ਗਾਵਾਰਾ ਸਭ ਕਿਛ ਦੇ ਰਹਿਆ ਹਰ ਦੇਵਣਹਾਰਾ ਦਾਤਾਰ ਸਦਾ ਦਇਆਲ ਸੁਆਮੀ ਕਾਏ ਮਨੋ ਵਿਸਾਰੀਐ ਮਿਲ ਸਾਧ ਸੰਗੇ ਭਜ ਨਿਸੰਗੇ ਕੁਲ ਸਮੂਹਾ ਤਾਰੀਐ ਸਿੱਧ ਸਾਧਿਕ ਦੇਵ ਮੋਨ ਜਾਨ ਭਗਤ ਨਾਮ ਅਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਣੈ ਹਾਰਾ ਖੋਟ ਨਾ ਕੀਚਾਈ ਪ੍ਰਭ ਪਰਖਣ ਹਾਰਾ ਖੋਟ ਨਾ ਕੀਚਾਈ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਵਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਿਆਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਲ ਥਲ ਮਹੀਅਲ ਰਵਿਆ ਸੁਆਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਾਨਕੀ ਚਰਨ ਕਮਲ ਅਧਾਰਾ ਪੇਖ ਹਰ ਚੰਦੌਰੜੀ ਅਸਥਿਰ ਕਿਛ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੈ ਦਿਨ ਸਰੈਣ ਸੰਭਾਲੀਐ ਹਰ ਏਕ ਬਿਨ ਕਸ਼ ਅਵਰ ਨਾਹੀ ਹਰ ਏਕ ਬਿਨ ਕਸ਼ ਅਵਰ ਨਾਹੀ ਭਾਉ ਦੁਤੀਆ ਜਾਲੀਐ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵਡ ਭਾਗ ਪਾਈਐ ਸੂਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾਂ ਛੰਤ ਘਰ ਅਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਮਲਾ ਭ੍ਰਮ ਭੀਤ ਕਮਲਾ ਭ੍ਰਮ ਭੀਤ ਹੇ ਤੀਖਣ ਮਦ ਬਿਪਰੀਤ ਹੇ ਅਵਧ ਅਕਾਰਥ ਜਾਤ ਗਹਿਬਰ ਬਨ ਘੋਰ ਗਹਿਬਰ ਬਨ ਘੋਰ ਹੇ ਗ੍ਰਹਿ ਮੂਸਤ ਮਨ ਚੋਰ ਹੇ ਦਿਨ ਕਰੋ ਅਨ ਦਿਨ ਖਾਤ ਇਹਨਾਂ ਪੰਗਤੀਆਂ ਦੇ ਵਿਸਰਾਮਾਂ ਦਾ ਖਿਆਲ ਰੱਖਣਾ ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਕਮਲਾ ਭ੍ਰਮ ਭੀਤ ਕਮਲਾ ਭ੍ਰਮ ਭੀਤ ਹੇ ਤੀਖਣ ਮਦ ਵਿਪਰੀਤ ਹੇ ਅਵਧ ਅਕਾਰਥ ਜਾਤ ਇਉਂ ਦੋ ਦੋ ਵਿਸਰਾਮ ਪੰਗਤੀ ਵਿੱਚ ਲੱਗ ਰਹੇ ਨੇ ਵਿੱਚ ਜਮਕਾਂ ਵੀ ਆ ਰਹੀਆਂ ਨੇ ਕਮਲਾ ਭ੍ਰਮ ਭੀਤ ਕਮਲਾ ਭ੍ਰਮ ਭੀਤ ਹੇ ਤੀਖਣ ਮਦ ਵਿਪਰੀਤ ਹੇ ਅਵਧ ਅਕਾਰਥ ਜਾਤ ਗਹਿਬਰ ਬਨ ਘੋਰ ਗਹਿਬਰ ਬਨ ਘੋਰ ਹੇ
ਗ੍ਰਹਿ ਮੂਸਤ ਮਨ ਚੋਰ ਹੇ ਦਿਨ ਕਰੋ ਅਨ ਦਿਨ ਖਾਤ। ਅਗਲੇ ਪਦਿਆਂ ਵਿੱਚ ਵੀ ਇਸੇ ਤਰ੍ਹਾਂ ਭਗਤੀਆਂ ਦੇ ਵਿਸਰਾਮ ਆਉਣਗੇ ਜੀ। ਦਿਨ ਖਾਤ ਜਾਤ ਬਿਖਾਤ ਪ੍ਰਭ ਬਿਨ ਮਿਲਹੋ ਪ੍ਰਭ ਕਰੁਣਾ ਪਤੇ ਜਨਮ ਮਰਨ ਅਨੇਕ ਬੀਤੇ ਪ੍ਰਿਯ ਸੰਗ ਬਿਨ ਕਛ ਨਹਿ ਗਤੇ ਕੁਲ ਰੂਪ ਧੂਪ ਗਿਆਨਹੀਨੀ ਤੁਜ ਬਿਨਾ ਮੋਹੇ ਕਵਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰਿਯ ਨਾਥ ਨਰਹਰ ਕਰਹੋ ਗਾਤ। ਮੀਨਾ ਜਲਹੀਨ ਹੇ ਉਹ ਬਿਛਰੁਤ ਮਨ ਤਨ ਖੀਨ ਹੇ ਕਤ ਜੀਵਨ ਪ੍ਰਿਯ ਬਿਨ ਹੋਤ। ਸਨਮੁਖ ਸਹਿਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਉਹ ਬੇਦਿਓ ਸਹਿਜ ਸਰੋਤ। ਸਹਿਬਾਨ, ਇਹਨੂੰ ਸਹਿਬਾਨ ਇਕੱਠਾ ਨਹੀਂ ਬੋਲਣਾ, ਕਿਸੇ ਸਾਹਿਬ ਦਾ ਜਾਂ ਕਿਸੇ ਸਤਿਕਾਰ ਦਾ ਇੱਥੇ ਇਹ ਅਰਥਵਾਚਕ ਨਹੀਂ। ਸਨਮੁਖ ਸਹਿਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਉਹ ਬੇਦਿਓ ਸਹਿਜ ਸਰੋਤ। ਜਦੋਂ ਘੰਡੇ ਹੇੜੇ ਦਾ ਨਾਦ ਸ਼ਿਕਾਰੀ ਵਜਾਉਂਦਾ ਹੈ ਤਾਂ ਉਸ ਦੇ ਉੱਪਰ ਆਪਣੇ ਪ੍ਰੇਮ ਭਰੀ ਭਾਵਨਾ ਰੱਖਦਿਆਂ ਹੋਇਆਂ ਉਹਦਾ ਮੋਇਆ ਹੋਇਆ ਹਿਰਨ ਉੱਧਰ ਨੂੰ ਦੌੜ ਜਾਂਦਾ ਹੈ, ਭਾਵੇਂ ਸਾਹਮਣਿਓਂ ਤੀਰਾਂ ਦੀ ਵਰਖਾ ਵੀ ਹੋਵੇ। ਸਨਮੁਖ ਸਹਿਬਾਨ, ਬਾਣ ਕਹਿੰਦੇ ਨੇ ਬਾਣ ਤੀਰ ਨੂੰ, ਸਾਹਮਣਿਓਂ ਆਉਂਦੇ ਤੀਰ ਵੀ ਚੱਲਦਾ ਹੈ ਉਸ ਘੰਡੇ ਹੇੜੇ ਤੱਕ ਪਹੁੰਚਣ ਦੇ ਵਾਸਤੇ। ਇੱਥੇ ਸਤਿਗੁਰੂ ਮਹਾਰਾਜ ਜੀ ਸੰਸਾਰ ਦੀਆਂ ਪ੍ਰਸਿੱਧ ਪ੍ਰੀਤਾਂ ਦੀਆਂ ਉਦਾਹਰਣਾਂ ਦੇ ਕੇ ਵਾਹਿਗੁਰੂ ਦੇ ਨਾਲ ਐਸੀ ਪ੍ਰੀਤ ਕਰਨ ਦੀ ਪ੍ਰੇਰਨਾ ਦੇ ਰਹੇ ਨੇ। ਹਾਂਜੀ, ਪ੍ਰਿਯ ਪ੍ਰੀਤ ਲਾਗੀ ਮਿਲ ਬੈਰਾਗੀ ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ ਪਲਕਾ ਨਾ ਲਾਗੈ ਪ੍ਰਿਯ ਪ੍ਰੇਮ ਪਾਗੈ ਚਿਤਵੰਤ ਅਨ ਦਿਨ ਪ੍ਰਭ ਮਨਾ ਸ੍ਰੀ ਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ਕਰ ਮਯਾ ਦਇਆ ਦਇਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਅਲੀ ਅਲ ਗੁੰਜਾਤ ਹੇ ਮਕਰਾਂਦ ਰਸ ਬਾਸਨ ਮਾਤ ਹੇ ਪ੍ਰੀਤ ਕਮਲ ਬੰਧਾਵਤ ਆਪ। ਅਲੀ ਆਲ, ਇਉਂ ਵੱਖ ਵੱਖ ਪਾਠ ਕਰਨਾ ਅਲੀਗਲ ਇਕੱਠਾ ਨਹੀਂ। ਅਲੀ ਆਲ ਗੁੰਜਾਤ ਹੇ, ਹਾਂਜੀ। ਚਾਤਰਕ ਚਿੱਤ ਪਿਆਸ ਹੇ ਘਨ ਬੂੰਦ ਬਚਿੱਤਰ ਮਨ ਆਸ ਹੇ ਆਲ ਪੀਵਤ ਬਿਨਸਤ ਤਾਪ। ਆਲ ਪੋਲਾ ਕਰਨਾ, ਅਲ ਨਹੀਂ ਬੋਲਣਾ, ਆਲ ਪੀਵਤ ਬਿਨਸਤ ਤਾਪ। ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਆਤ ਘਨਾ ਸੁੰਦਰ ਚਤੁਰ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ਗਹਿ ਪੂਜਾ ਲੇਵਹੋ ਨਾਮ ਦੇਵਹੋ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਤਿਤ ਪਾਵਨ ਹਰ ਦਰਸ ਪੇਖਤ ਨਹਿ ਸੰਤਾਪ। ਚਿਤਵੋ ਚਿਤ ਨਾਥ ਹੇ ਰੱਖ ਲੇਵਹੋ ਸਰਣ ਅਨਾਥ ਹੇ ਮਿਲ ਚਾਉ ਚਾਈ ਲੇ ਪ੍ਰਾਨ ਸੁੰਦਰ ਤਨ ਧਿਆਨ ਹੇ ਮਨ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ
ਪ੍ਰਭ ਮਾਨ ਪੂਰਨ ਦੁਖ ਬੇਦੀਰਨ ਸਗਲ ਇੱਛ ਪੂਜੰਤੀਆ ਹਰ ਕੰਠ ਲਾਗੇ ਦਿਨ ਸੁਭਾਗੇ ਮਿਲ ਨਾਹ ਸੇਜ ਸੋ ਹੰਤੀਆ ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਖਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਰ ਗੁਣ ਨਿਧਾਨ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਗੀ ਧੁਨੀ ਵਾਹਿਗੁਰੂ ਸੋ ਗੁਰੂ ਰੂਪ ਖਾਲਸਾ ਜੀ ਹੁਣ ਸ਼ੰਤਾਂ ਤੋਂ ਬਾਅਦ ਆਸਾ ਜੀ ਦੀ ਵਾਰ ਦੀ ਆਰੰਭਤਾ ਹੋ ਰਹੀ ਹੈ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਜੋ ਟੁੰਡੇ ਅਸਰਾਜ ਹੈ ਕੀ ਧੁਨੀ ਟੁੰਡਾ ਅਸਰਾਜ ਇੱਕ ਰਾਜਾ ਹੋਇਆ ਹੈ ਬਹੁਤ ਧਰਮਾਤਮਾ ਇੱਕ ਸਾਰੰਗ ਨਾਮ ਦਾ ਰਾਜਾ ਸੀ ਉਸ ਦਾ ਪੁੱਤਰ ਹੈ ਟੁੰਡਾ ਅਸਰਾਜ ਜਿਸ ਦੀ ਵਾਰ ਦੀ ਜਿਸ ਦੀ ਉਸਤਤੀ ਰਾਗੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਕੀਤੀ ਜਿਸ ਤੋਂ ਮਹਾਰਾਜ ਜੀ ਨੇ ਇਹ ਵਾਰ ਗਾਉਣ ਦੀ ਆਗਿਆ ਕੀਤੀ ਉਸ ਸਾਰੰਗ ਨਾਮੇ ਰਾਜੇ ਦਾ ਪੁੱਤਰ ਅਸਰਾਜ ਸੀ ਇਸ ਤਰ੍ਹਾਂ ਮਹਾਂਪੁਰਖ ਇਸ ਦੀ ਭੂਮਿਕਾ ਕਈ ਪ੍ਰਕਾਰ ਦੀ ਉਥਾਨਕਾ ਮਹਾਂਪੁਰਸ਼ ਦੱਸਦੇ ਹਨ ਕਿ ਉਸ ਰਾਜੇ ਦੇ ਤਿੰਨ ਪੁੱਤਰ ਸਨ ਔਰ ਜੋ ਉਸਦੀ ਵੱਡੀ ਪਟਰਾਣੀ ਸੀ ਉਸਦਾ ਪੁੱਤਰ ਅਸਰਾਜ ਅਤੇ ਦੂਸਰੀਆਂ ਰਾਣੀਆਂ ਦੇ ਸੁਲਤਾਨ ਅਤੇ ਖਾਨ ਦੋ ਪੁੱਤਰ ਹੋਰ ਸਨ ਔਰ ਜਦੋਂ ਰਾਜਗੱਦੀ ਦੇਣ ਦਾ ਸਮਾਂ ਆਇਆ ਤਾਂ ਅਧਿਕਾਰ ਅਸਰਾਜ ਦਾ ਬਣਦਾ ਸੀ ਰਾਜਗੱਦੀ 'ਤੇ ਬੈਠਣ ਦਾ ਪਰੰਤੂ ਦੂਸਰੀਆਂ ਰਾਣੀਆਂ ਨੇ ਈਰਸ਼ਾ ਕੀਤੀ ਉਹਨਾਂ ਨੂੰ ਇੱਛਾ ਕਿ ਸਾਡੇ ਪੁੱਤਰ ਰਾਜਗੱਦੀ 'ਤੇ ਬੈਠਣ ਅਤੇ ਉਹਨਾਂ ਦੋਵਾਂ ਭਰਾਵਾਂ ਨੇ ਸੁਲਤਾਨ ਔਰ ਖਾਨ ਨੇ ਅਸਰਾਜ ਨੂੰ ਨਾਲ ਲੈ ਕਰਕੇ ਜੰਗਲ ਵਿੱਚ ਸ਼ਿਕਾਰ ਦੇ ਬਹਾਨੇ ਗਏ ਅਤੇ ਉੱਥੇ ਜਾ ਕਰਕੇ ਉਸਦੇ ਹੱਥ ਪੈਰ ਕੱਟ ਕਰਕੇ ਇੱਕ ਖੂਹ ਦੇ ਵਿੱਚ ਸੁੱਟ ਦਿੱਤਾ ਅਤੇ ਆ ਕਰਕੇ ਰਾਜੇ ਨੂੰ ਕਹਿ ਦਿੱਤਾ ਕਿ ਅਸਰਾਜ ਸ਼ੇਰ ਦਾ ਸ਼ਿਕਾਰ ਹੋ ਗਿਆ ਭਾਵ ਉਸ ਨੂੰ ਸ਼ੇਰ ਨੇ ਖਾ ਲਿਆ ਔਰ ਉਸ ਤੋਂ ਬਾਅਦ ਉੱਥੇ ਰਸਤੇ ਦੇ ਵਣਜਾਰੇ ਲੋਕ ਆਪਣਾ ਵਪਾਰ ਕਰਕੇ ਉੱਧਰ ਨੂੰ ਆ ਰਹੇ ਸਨ ਉਹਨਾਂ ਵਿੱਚੋਂ ਕਿਸੇ ਨੂੰ ਪਿਆਸ ਲੱਗੀ ਅਤੇ ਉਸਨੇ ਉਸ ਖੂਹ ਵਿੱਚੋਂ ਪਾਣੀ ਕੱਢਣ ਵਾਸਤੇ ਆਪਣਾ ਜੋ ਕਰਮੰਡਲ ਡੋਲ ਸੀ ਜਦੋਂ ਥੱਲੇ ਸੁੱਟਿਆ ਅਤੇ ਅਸਰਾਜ ਨੇ ਉਹ ਡੋਲ ਫੜ ਲਿਆ ਉਹਨਾਂ ਨੇ ਬਹੁਤ ਜਦੋਂ ਕੋਸ਼ਿਸ਼ ਕੀਤੀ ਡੋਲ ਨਹੀਂ ਉੱਪਰ ਆਇਆ ਅਤੇ ਦੇਖਿਆ ਕਿ ਅੰਦਰ ਕੀ ਹੈ ਜਿਸ ਦੇ ਕਰਕੇ ਡੋਲ ਬਾਹਰ ਨਹੀਂ ਆ ਰਿਹਾ ਬਾਲਟੀ ਬਾਹਰ ਨਹੀਂ ਆ ਰਹੀ ਜਦੋਂ ਝਾਤੀ ਮਾਰ ਕੇ ਦੇਖਿਆ ਤਾਂ ਅੰਦਰ ਬਹੁਤ ਸੁੰਦਰ ਰਾਜਕੁਮਾਰ ਉਹਨਾਂ ਨੂੰ ਦਿਖਾਈ ਦਿੱਤਾ ਤਰਸ ਆਇਆ ਉਹਨਾਂ ਨੇ ਅਸਰਾਜ ਨੂੰ ਬਾਹਰ ਕੱਢ ਲਿਆ ਔਰ ਜਾ ਕਰਕੇ ਆਪਣੇ ਘਰ ਵਿੱਚ ਉਸਦਾ ਇਲਾਜ ਕਰਵਾਇਆ ਅਸਰਾਜ ਬਿਲਕੁਲ ਤੰਦਰੁਸਤ ਹੋ ਗਿਆ ਔਰ ਐਸਾ
ਸੁਭਾਵਕ ਅਚਾਨਕ ਸਮੇਂ ਬਣ ਗਿਆ ਕਿ ਉਸੇ ਹੀ ਦੇਸ਼ ਦਾ ਰਾਜਾ ਨਿਰਸੰਤਾਨ ਮ੍ਰਿਤਿਉ ਨੂੰ ਪ੍ਰਾਪਤ ਹੋ ਗਿਆ, ਭਾਵ ਰਾਜਾ ਮਰ ਗਿਆ, ਉਸਦੇ ਘਰ ਵਿੱਚ ਕੋਈ ਸੰਤਾਨ ਨਹੀਂ ਸੀ ਅਤੇ ਉਸਦੇ ਮੰਤਰੀਆਂ ਨੇ ਵਿਚਾਰ ਕੀਤੀ ਕਿ ਹੁਣ ਰਾਜ ਗੱਦੀ 'ਤੇ ਕਿਸ ਨੂੰ ਬਿਠਾਇਆ ਜਾਏ, ਕਿਉਂਕਿ ਉਸ ਜ਼ਮਾਨੇ ਵਿੱਚ ਜਦੀ ਰਾਜਾ ਨਿਰਸੰਤਾਨ ਮਰ ਜਾਏ ਅਤੇ ਮੰਤਰੀ ਆਪ ਰਾਜ 'ਤੇ ਨਹੀਂ ਬੈਠਦੇ ਸਨ, ਕਿਉਂਕਿ ਮੰਤਰੀ ਜਦੀ ਰਾਜ ਉੱਤੇ ਬੈਠਦੇ ਹਨ ਤਾਂ ਫਿਰ ਉਹਨਾਂ ਨੂੰ ਕਲੰਕ ਲੱਗਦਾ ਹੈ, ਅਤੇ ਇਸ ਕਰਕੇ ਉਹਨਾਂ ਨੇ ਜੋਤਸ਼ੀਆਂ ਤੋਂ ਪੁੱਛਿਆ ਕਿ ਹੁਣ ਰਾਜ ਗੱਦੀ ਦਾ ਵਾਰਸ ਕੌਣ ਹੋਣਾ ਚਾਹੀਦਾ ਹੈ, ਅਤੇ ਜੋਤਸ਼ੀਆਂ ਦੇ ਦੱਸਣ ਅਨੁਸਾਰ ਜੋਤਸ਼ੀਆਂ ਨੇ ਕਿਹਾ ਕਿ ਇਸ ਜੋ ਇਹ ਨਗਰ ਹੈ ਉਸ ਨਗਰ ਦਾ ਨਾਮ ਕਾਲਕਾ ਨਗਰ ਹੈ, ਅਤੇ ਉਸ ਨਗਰ ਦੇ ਸਾਰੇ ਜੋ ਰਾਜ ਦੇ ਦਰਵਾਜ਼ੇ ਹਨ ਬਾਹਰੀ ਦਰਵਾਜ਼ੇ ਨਗਰ ਦੇ ਉਹ ਬੰਦ ਕਰ ਦਿੱਤੇ ਜਾਣ ਸ਼ਾਮਾਂ ਨੂੰ, ਔਰ ਅੰਮ੍ਰਿਤ ਵੇਲੇ ਬ੍ਰਹਮ ਮਹੂਰਤ ਵਿੱਚ ਸਵੇਰੇ ਜਿਸ ਬੰਦੇ ਦੇ ਹੱਥ ਲੱਗਣ ਨਾਲ ਉਸ ਦਰਵਾਜ਼ਿਆਂ ਦੇ ਜਿੰਦਰੇ ਅਤੇ ਦਰਵਾਜ਼ੇ ਖੁੱਲ੍ਹ ਜਾਣ ਉਸ ਆਦਮੀ ਨੂੰ ਰਾਜ ਗੱਦੀ 'ਤੇ ਬਿਠਾਇਆ ਜਾਵੇ, ਅਤੇ ਅਸ ਰਾਜ ਅੰਮ੍ਰਿਤ ਵੇਲੇ ਜਦੋਂ ਸਾਰੇ ਸ਼ਾਮ ਨੂੰ ਦਰਵਾਜ਼ੇ ਬੰਦ ਕਰਕੇ ਹਰ ਦਰਵਾਜ਼ੇ 'ਤੇ ਦੋ ਦੋ ਦਰਬਾਨ 'ਚ ਹੀ ਖੜ੍ਹੇ ਕਰ ਦਿੱਤੇ, ਆਸ ਰਾਜ ਅੰਮ੍ਰਿਤ ਵੇਲੇ ਜਦੋਂ ਉੱਧਰ ਜਾ ਰਿਹਾ ਸੀ ਅਤੇ ਉਸਨੇ ਵੇਖਿਆ ਕਿ ਦਰਵਾਜ਼ੇ ਬੰਦ ਹਨ ਅਤੇ ਉਸਦੇ ਹੱਥ 'ਤੇ ਉਸਦਾ ਕੱਟਿਆ ਹੋਇਆ ਸੀ, ਉਸਨੇ ਜੋ ਉਸਦਾ ਟੁੰਡਾ ਹੱਥ ਸੀ ਉਸਦੇ ਨਾਲ ਜਦੋਂ ਜਿੰਦਰੇ ਨੂੰ ਦਰਵਾਜ਼ੇ ਨੂੰ ਹੱਥ ਲਾਇਆ ਅਤੇ ਜਿੰਦਰਾ ਔਰ ਦਰਵਾਜ਼ਾ ਦੋਨੇ ਖੁੱਲ੍ਹ ਗਏ, ਉਸੇ ਵੇਲੇ ਹੀ ਦਰਬਾਨਚੀਆਂ ਨੇ ਅਸ ਰਾਜ ਨੂੰ ਪਕੜ ਲਿਆ ਅਤੇ ਦਰਬਾਰ ਵਿੱਚ ਲੈ ਗਏ ਅਤੇ ਉਸ ਨੂੰ ਸੁੰਦਰ ਵਸਤਰ ਪਹਿਨਾ ਕਰਕੇ ਇਸ਼ਨਾਨ ਕਰਾ ਕਰਕੇ ਉਸਦੇ ਸਿਰ 'ਤੇ ਜਿਗਾ ਕਲਗੀ ਆਦਿ ਜੋ ਮਰਯਾਦਾ ਸੀ ਕਰਕੇ ਉਸ ਨੂੰ ਉਸ ਦੇਸ਼ ਦਾ ਰਾਜਾ ਸਥਾਪਿਤ ਕੀਤਾ, ਰਾਜ ਗੱਦੀ 'ਤੇ ਬਿਠਾਇਆ। ਜਦੋਂ ਬਹੁਤ ਧਰਮਾਤਮਾ ਰਾਜਾ ਸੀ, ਆਪਣੀ ਰਾਜਨੀਤੀ ਦੇ ਵਿੱਚ ਨਿਪੁੰਨ ਹੋ ਕਰਕੇ ਬੜਾ ਸੁੰਦਰ ਰਾਜ ਕੀਤਾ, ਜਨਤਾ ਨੂੰ ਬੜਾ ਸੁੱਖ ਦਿੱਤਾ, ਅਚਾਨਕ ਹੀ ਉਹ ਜੋ ਵਣਜਾਰੇ ਸਨ ਜਿਨ੍ਹਾਂ ਨੇ ਅਸ ਰਾਜ ਨੂੰ ਪਾਲਿਆ ਸੀ ਉਹਦੀ ਸਹਾਇਤਾ ਕੀਤੀ ਸੀ ਉਹ ਵੀ ਚੱਲਦੇ ਹੋਏ ਉੱਧਰ ਨੂੰ ਆ ਗਏ। ਅਸ ਰਾਜ ਉਸ ਵੇਲੇ ਆਪਣੇ ਮਹਿਲ ਦੇ ਉੱਪਰ ਸੈਰ ਕਰ ਰਹੇ ਸਨ, ਉਹਨਾਂ ਨੇ ਦੇਖਿਆ ਕਿ ਉਹੀ ਵਣਜਾਰੇ ਹਨ ਅਤੇ ਉਹਨਾਂ ਨੂੰ ਬੁਲਾ ਕਰਕੇ, ਕਿਉਂਕਿ ਉਹਨਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਸੀ ਇਹਨਾਂ ਦੇ ਉੱਤੇ, ਇਸ ਕਰਕੇ ਉਹਨਾਂ ਦਾ ਬਹੁਤ ਸਨਮਾਨ ਸਤਿਕਾਰ ਕੀਤਾ। ਅਤੇ ਜਦੋਂ ਫਿਰ ਉਹ ਚਲੇ ਗਏ ਵਾਪਸ, ਉਹਨਾਂ ਨੂੰ ਮੰਤਰੀਆਂ ਨੇ ਪੁੱਛਿਆ ਵੀ ਤੁਹਾਡਾ ਇੰਨਾ ਸਨਮਾਨ ਸਤਿਕਾਰ ਰਾਜਾ ਨੇ ਕਿਉਂ ਕੀਤਾ, ਅਤੇ ਉਹਨਾਂ ਨੇ ਫਿਰ ਦੱਸਿਆ ਕਿ ਇਸ ਤਰ੍ਹਾਂ ਇਹਨਾਂ ਦਾ ਜੋ ਪਿੱਛੇ ਵਾਲੀ ਸਾਰੀ ਕਹਾਣੀ ਸੁਣਾਈ ਕਿ ਇਹਨਾਂ 'ਤੇ ਅਸੀਂ ਇਹਨਾਂ ਨੂੰ ਸੰਭਾਲਿਆ ਸੀ ਇਸ ਕਰਕੇ ਇਹਨਾਂ ਨੇ ਸਾਡੀ ਸੇਵਾ ਕੀਤੀ ਹੈ, ਅਤੇ ਆਸ ਰਾਜ ਦੇ ਕੋਲ ਮੰਤਰੀਆਂ ਨੇ ਆ ਕਰਕੇ ਇਹ ਗੱਲ ਦੱਸੀ, ਅਤੇ ਆਸ ਰਾਜ ਨੇ ਜਦੋਂ ਉਹਨਾਂ ਦੀ ਸਤੁਤੀ ਕੀਤੀ ਕਿ ਉਹਨਾਂ ਨੇ ਇਸ ਤਰ੍ਹਾਂ ਮੇਰੀ ਸੇਵਾ ਕੀਤੀ, ਮੇਰੇ ਨਾਲ ਪਰਉਪਕਾਰ ਕੀਤਾ, ਅਤੇ ਦੱਸਦੇ ਹਨ ਕਿ ਆਪਣੇ ਹੱਥ ਇਸ ਤਰ੍ਹਾਂ ਉਹਨਾਂ ਨੇ ਜਦੋਂ ਮਲੇ ਅਤੇ ਉਹਨਾਂ ਦੇ ਹੱਥ ਸਾਬਤ ਹੋ ਗਏ, ਦੋਨੋਂ ਹੱਥ ਪੂਰੇ ਹੋ ਗਏ। ਉਧਰੋਂ ਅਚਾਨਕ ਹੀ ਜਦੋਂ ਉਸ ਰਾਜੇ ਨੂੰ ਪਤਾ ਲੱਗਾ, ਜੋ ਆਸਰਾਜ ਦੇ ਪਿਤਾ ਸਨ ਸਾਰੰਗ, ਉਹਨਾਂ ਨੂੰ ਪਤਾ ਲੱਗਾ, ਜਾ ਕਰਕੇ ਦੱਸਿਆ ਕਿਸੇ ਨੇ, ਉਹਨਾਂ ਨੇ ਵੀ ਬਹੁਤ ਸਨਮਾਨ ਸਤਿਕਾਰ ਦੇ ਨਾਲ
ਅਸਰਾਜ ਨੂੰ ਆਪਣੇ ਰਾਜ ਵਿੱਚ ਬੁਲਾਇਆ ਅਤੇ ਰਾਜ ਗੱਦੀ 'ਤੇ ਬਿਠਾ ਦਿੱਤਾ। ਜਦੋਂ ਰਾਜ ਗੱਦੀ ਅਸਰਾਜ ਨੂੰ ਦਿੱਤੀ ਅਤੇ ਉਹ ਜੋ ਦੋ ਭਰਾ ਸਨ ਸੁਲਤਾਨ ਖਾਨ, ਉਹਨਾਂ ਨੂੰ ਫਿਰ ਬਹੁਤ ਜਲਨ ਹੋਈ ਅਤੇ ਉਹਨਾਂ ਨੇ ਫਿਰ ਅਸਰਾਜ ਦੇ ਨਾਲ ਯੁੱਧ ਕੀਤਾ। ਉਸ ਯੁੱਧ ਦੇ ਵਿੱਚ ਆਪਣੀ ਨਿਪੁੰਨਤਾ ਦੇ ਨਾਲ ਅਸਰਾਜ ਦੀ ਜਿੱਤ ਹੋਈ ਅਤੇ ਜਿੱਤ ਹੋਣ ਤੋਂ ਬਾਅਦ ਇਹ ਜੋ ਉਹਨਾਂ ਨੇ ਉੱਥੇ ਜਿੱਤ ਪ੍ਰਾਪਤ ਕੀਤੀ ਸੀ ਉਸ ਦੀ ਸਤੁਤੀ ਆ ਕਰਕੇ ਅਤੇ ਢਾਡੀਆਂ ਨੇ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਉਹ ਪੌੜੀ ਜੋ ਵਾਰ ਸੀ ਅਸਰਾਜ ਦੀ ਜਿੱਤ ਦੀ ਉਹ ਸੁਣਾਈ। ਉਸੇ ਪੌੜੀ ਨੂੰ ਸੁਣ ਕਰਕੇ ਗੁਰੂ ਮਹਾਰਾਜ ਜੀ ਨੇ ਇਸ ਵਾਰ ਜੋ ਆਸਾ ਦੀ ਵਾਰ ਹੈ ਉਸ ਅਸਰਾਜ ਦੀ ਸਤੁਤੀ ਦੀ ਜੋ ਪੌੜੀ ਸੀ ਉਸ ਦੇ ਅਨੁਸਾਰ ਗਾਉਣ ਦਾ ਹੁਕਮ ਕੀਤਾ। ਹੋਰ ਵੀ ਕਈ ਉਥਾਨਕਾ ਮਹਾਂਪੁਰਸ਼ ਦੱਸਦੇ ਹਨ, ਇਹ ਸੰਖੇਪ ਨਾਲ ਬੇਨਤੀ ਕੀਤੀ ਹੈ। ਇਹ ਜੋ ਪੌੜੀ ਉੱਥੇ ਢਾਡੀਆਂ ਨੇ ਉਸ ਵਾਰ ਦੀ ਗਾਇਨ ਕੀਤੀ ਸੀ ਉਹ ਵੀ ਇਤਿਹਾਸ ਵਿੱਚ ਮਿਲਦੀ ਹੈ। ਹੁਣ ਅਸੀਂ ਬੇਨਤੀ ਕਰਾਂਗੇ ਮਹਾਂਪੁਰਖਾਂ ਨੂੰ, ਸ਼੍ਰੀਮਾਨ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਾਰਾਜ, ਉਹ ਇਸ ਪੌੜੀ ਦਾ ਗਾਇਨ ਆਪਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਇਹ ਸਾਰਾ ਕੁਛ ਪੜ੍ਹਿਆ ਹੋਇਆ ਹੈ, ਅਸੀਂ ਤਾਂ ਉਹਨਾਂ ਦੇ ਵਿਦਿਆਰਥੀ ਹਾਂ। ਇਸ ਕਰਕੇ ਬੇਨਤੀ ਕਰਦੇ ਹਾਂ ਕਿ ਉਹ ਪੌੜੀ ਆਪ ਜੀ ਨੂੰ ਸਰਵਣ ਕਰਾਉਣਗੇ। ਉਸੇ ਪੌੜੀ ਦੀ ਤਰਜ਼ 'ਤੇ ਹੀ ਇਹ ਪੌੜੀਆਂ ਗਾਉਣ ਦੀ ਆਗਿਆ ਸਤਿਗੁਰੂ ਜੀ ਨੇ ਕੀਤੀ ਹੈ। ਸੋ ਮਹਾਂਪੁਰਸ਼ਾਂ ਨੂੰ ਬੇਨਤੀ ਹੈ ਕਿ ਉਹ ਪੌੜੀ ਪੜ੍ਹ ਕੇ ਆਪ ਜੀ ਨੂੰ ਸਰਵਣ ਕਰਾਉਣਗੇ। ਮਹਾਂਪੁਰਸ਼ਾਂ ਦੇ ਚਰਨਾਂ 'ਚ ਬੇਨਤੀ, ਹੁਕਮ ਉਹਨਾਂ ਲਾਇਆ ਸਿਰ ਮੱਥੇ ਪ੍ਰਵਾਨ, ਤਬੀਅਤ ਬੜੀ ਖਰਾਬ ਆ। ਦੋ ਤਿੰਨ ਸਿੰਘਾਂ ਨੇ ਕਾਫੀ ਇਹ ਮਿਹਨਤ ਕੀਤੀ ਜਿਹੜਾ ਮੈਂ ਤੁਹਾਡੇ ਦਰਸ਼ਨ ਕਰ ਸਕਿਆ। ਅੱਜ ਨਾ ਆਕੜ ਭੰਨ ਦੇ ਪਹਿਰੇ ਹੋਏ ਆ, ਤੁਹਾਨੂੰ ਆਵਾਜ਼ ਤੋਂ ਹੀ ਸਮਝ ਆ ਜਾਂਦੀ ਹੋਵੇਗੀ, ਮੇਰਾ ਖਿਆਲ ਸਮਝ ਗਏ ਹੋਵੋਗੇ। ਗਲਾ ਵੀ ਖਰਾਬ ਆ। ਮੈਂ ਮਹਾਂਪੁਰਸ਼ਾਂ ਅਤੇ ਆਪ ਸੰਗਤਾਂ ਤੋਂ ਇਹ ਮਾਫ਼ੀ ਮੰਗਦਾ, ਮੈਂ ਮੇਰੇ ਤੋਂ ਨਹੀਂ ਪੜ੍ਹਿਆ ਜਾਣਾ। ਹੁਣ ਅਗਲੀਆਂ ਪੌੜੀਆਂ 'ਚ ਮੈਂ ਜ਼ਰੂਰ ਸੇਵਾ ਕਰਾਂਗਾ, ਪੜ੍ਹ ਕੇ ਸੁਣਾਵਾਂਗਾ ਤੁਹਾਨੂੰ, ਇਹ ਮਾਫ਼ੀ ਦਿਓ। ਠੀਕ ਹੈ ਜੀ, ਗਲਾ ਖਰਾਬ ਆ। ਠੀਕ ਹੈ, ਬੇਨਤੀ ਹੈ ਅਗਲੀਆਂ ਜੇ ਵਾਰਾਂ ਆਉਣਗੀਆਂ ਉਦੋਂ ਮੈਂ ਜੋ ਹੁਕਮ ਕਰੋਗੇ ਤੁਹਾਡਾ ਸਿਰ ਮੱਥੇ। ਸਿਹਤ ਬੜੀ, ਤਬੀਅਤ ਖਰਾਬ ਹੈਗੀ ਅੱਜ। ਅੱਜ ਤੁਸੀਂ ਕਿਰਪਾ ਕਰਤੀ ਆਪ ਸੰਗਤਾਂ ਨੇ ਤੁਹਾਡੇ ਦਰਸ਼ਨ ਕਰ ਸਕੇ। ਬਾਬਾ ਗਿਆਨੀ ਜੀ ਸਾਡੇ ਸਤਿਕਾਰਯੋਗ ਬੁੱਟਰ ਜੀ, ਗਿਆਨੀ ਜੀ ਆਪ ਜੀ ਨੂੰ ਉਹ ਪੌੜੀ ਸਰਵਣ ਕਰਾਉਣਗੇ। ਸ਼੍ਰੀਮਾਨ ਸਤਿਕਾਰਯੋਗ ਗਿਆਨੀ ਪਰਮਿੰਦਰਪਾਲ ਸਿੰਘ ਜੀ ਬੁੱਟਰ ਜੀ, ਉਹ ਆਪ ਜੀ ਨੂੰ ਪੌੜੀ ਜੋ ਉਸ ਵੇਲੇ ਢਾਡੀਆਂ ਨੇ ਗਾਈ ਸੀ ਉਸ ਦਾ ਉਚਾਰਨ ਜਿਸ ਤਰ੍ਹਾਂ ਹੁੰਦਾ ਹੈ ਢਾਡੀਆਂ ਦੇ ਨਿਯਮ ਅਨੁਸਾਰ, ਉਹ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਤੁਸੀਂ ਰਾਤ ਦੇਖਿਆ ਹੋਣਾ ਨਾ ਉਹ ਜਿਹੜੀ ਚੱਲਦੀ ਸੀ ਇੱਥੇ, ਖੇਲ ਚਲਾਇਆ, ਖੇਲ ਸਾਡੇ ਪੰਜਾਬ 'ਚ ਕਹਿੰਦੇ, ਫਿਰ ਸਿਨੇਮਾ ਕਹਿਣ ਲੱਗ ਗਏ, ਫਿਲਮ ਆ ਗਈ, ਨਾਟਕ ਕਹਿ ਲਓ, ਦਿਖਾਇਆ ਨਾ ਅਤੇ ਉਹ ਜਿਹੜੇ ਦੋ ਟੋਰਿਆਂ ਵਾਲੇ ਲਾਉਂਦੇ ਸੀ ਨਾ, ਲਾਉਂਦੇ ਇੱਕ ਸੀਨ 'ਚ ਆਉਂਦਾ ਸੀ ਨਾ ਮਹਾਰਾਜ ਜੀ ਗਿਆਨੀ ਜੀ, ਉਹ ਚਿੱਟੇ ਦਸਤਾਰਾਂ ਸੀ ਉਹਨਾਂ ਦੇ ਟੋਰੇ ਜੀ ਸੀਗੇ, ਉਵੇਂ ਖੜ ਕੇ ਲਾਈ ਦੀਆਂ। ਫਿਰ ਉਹ ਮੈਂ ਬੇਨਤੀ ਕਰਾਂ ਗਿਆਨੀ ਜੀ ਆਉਣਗੇ ਸ਼ੇਰ ਸਿਹੋਰੀ ਅਤੇ ਗਿਆਨੀ ਬੁੱਟਰ ਜੀ, ਵੀ ਤਿੰਨੇ ਮੇਰਾ ਖਿਆਲ ਖੜ ਕੇ ਲਾਈਏ ਧੁਨੀ, ਫਿਰ ਲੱਗੂਗੀ, ਫਿਰ ਦੱਸਾਂਗੇ ਧੁਨੀਆਂ ਲੱਗਦੀਆਂ ਕਿਵੇਂ ਹੁੰਦੀਆਂ, ਐਵੇਂ ਲਾਵਾਂਗੇ। ਅਗਲੀਆਂ ਵਾਰਾਂ 'ਚ ਫਿਰ ਆਉਣੀਆਂ ਅਤੇ ਉਹ ਨਮੂਨਾ ਪੇਸ਼ ਹੋਵੇ ਸੰਗਤ ਦੇ ਸਾਹਮਣੇ ਵੀ ਕਿਵੇਂ ਛੇਮ ਪਾਤਸ਼ਾਹ ਨੇ ਨੱਥਾ ਅਬਦੁੱਲਾ ਢਾਡੀਆਂ ਨੂੰ ਅਸੀਂ ਅਕਾਲਤਾ ਸਾਹਿਬ ਸੱਦਿਆ ਸੀ ਅਤੇ ਧੁਨਾਂ ਲਵਾਈਆਂ ਸੀ। ਹਾਂਜੀ ਚਲੋ ਜੀ, ਕੋਈ ਨਾ, ਆਪ ਕਿਰਪਾ ਕਰਿਓ, ਕਿਰਪਾ ਤੁਸੀਂ ਕਰਨੀ ਸੰਗਤਾਂ ਨੇ, ਅਤੇ ਫਿਰ ਤੁਸੀਂ ਕਿਰਪਾ ਕਰੋ, ਸਾਡੇ 'ਚ ਕਲਾ ਆ ਜਾਊਗੀ ਅਤੇ ਤੁਹਾਡੀ ਕਲਾ ਤੁਹਾਡੇ ਸਾਹਮਣੇ ਪੇਸ਼ ਹੋ ਜਾਏਗੀ, ਬਖਸ਼ੀ ਹੋਈ।
ਹਾਂਜੀ ਅੱਗੇ ਗਿਆਨੀ ਬੁੱਟਰ ਜੀ। ਹਾਂਜੀ ਸਾਧ ਸੰਗਤ ਜੀ, ਆਸ ਰਾਜ ਦੀ ਜੋ ਵਾਰ ਭਾਈ ਨੱਥਾ ਮੱਲ ਅਬਦੁੱਲ ਮੱਲ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਅਕਾਲ ਤਖਤ ਸਾਹਿਬ 'ਤੇ ਗਾਇਨ ਕੀਤੀ, ਸੋ ਉਹ ਪੰਜ ਤੁਕੀ ਪੌੜੀ ਹੈ। ਆਸਾ ਕੀ ਵਾਰ ਦੀਆਂ ਵੀ ਪੰਜ ਤੁਕੀਆਂ ਪੌੜੀਆਂ ਹਨ। ਭਵਕਿਆ ਸ਼ੇਰ ਸਰਦੂਲ ਰਾਏ, ਰਣ ਮਾਰੂ ਬੱਜੇ, ਸੁਲਤਾਨ ਖਾਨ ਬਟ ਸੂਰਮੇ, ਵਿੱਚ ਰਣ ਦੇ ਗੱਜੇ। ਖਤ ਲਿਖੇ ਟੁੰਡੇ ਅਸਰਾਜ ਨੂੰ, ਪਤ ਸਾਹੀ ਅਜੇ, ਟਿੱਕਾ ਸਾਰੰਗ ਬਾਪ ਨੇ ਦਿੱਤਾ ਪਰ ਲੱਜੇ। ਫਤਿਹ ਪਾਏ ਅਸਰਾਜ ਦੀ ਸ਼ਾਹੀ ਪਰ ਸੱਜੇ, ਫਤਿਹ ਪਾਏ ਅਸਰਾਜ ਜੀ। ਇਸੇ ਤਰ੍ਹਾਂ ਇਹ ਆਸਾ ਕੀ ਵਾਰ ਦੀ ਧੁਨੀ ਹੈ। ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ, ਦੋਏ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਉ। ਦਾਤਾ ਕਰਤਾ ਆਪ ਤੂੰ, ਤੁਸ ਦੇ ਵਹਿ ਕਰ ਹੈ ਪਸਾਉ, ਤੂੰ ਜਾਣੋਈ ਸਭ ਸਹਿ, ਦੇ ਲੈ ਸਹਿਜਿੰਦ ਕਵਾਉ, ਕਰ ਆਸਣ ਡਿਠੋ ਚਾਉ। ਇਉ ਇਹ ਟੁੰਡੇ ਅਸਰਾਜ ਦੀ ਜੋ ਧੁਨੀ ਹੈ, ਇਸ ਉੱਪਰ ਸਤਿਗੁਰੂ ਮਹਾਰਾਜ ਨੇ ਗਾਉਣ ਦੀ ਹਦਾਇਤ ਕੀਤੀ। ਆਸਾ ਰਾਗ ਦੇ ਵਿੱਚ ਗਾਇਨ ਕਰਦਿਆਂ ਹੋਇਆਂ ਇਸ ਤਰੀਕੇ ਦੇ ਨਾਲ ਵੀ ਰਾਗੀ ਸਿੰਘ ਗਾਇਨ ਕਰਦੇ ਜੋ ਆਪ ਜੀ ਸਰਵਣ ਕਰਦੇ ਹੋ, ਜਿਵੇਂ ਰਾਗੀ ਸਿੰਘ ਰੋਜ਼ਾਨਾ ਪੌੜੀਆਂ ਪੜ੍ਹਦੇ ਨੇ, ਇਹ ਵੀ ਉਸ ਧੁਨ ਦਾ ਹੀ ਇੱਕ ਵੱਖਰਾ ਰੂਪ ਹੈ, ਇੱਕ ਹਿੱਸਾ ਹੈ ਜੋ ਆਸਾ ਰਾਗ ਦੇ ਵਿੱਚ ਗਾਇਨ ਕੀਤਾ ਜਾਂਦਾ ਹੈ ਜੀ। ਆਓ ਆਪਾਂ ਅੱਗੇ ਹੁਣ ਬਾਣੀ ਸਰਵਣ ਕਰੀਏ। ਇੱਕ ਬੇਨਤੀ ਹੋਰ ਕਰਦੇ ਹਾਂ ਸਾਧ ਸਿੰਘ ਜੀ, ਕਾਲਕਾ ਸ਼ਹਿਰ ਵਿੱਚ ਜਿਹੜਾ ਖੂਹ ਹੈ ਨਾ, ਗਿਆਨੀ ਜੀ ਨੂੰ ਕਹਿ ਦੱਸ ਦਿਓ, ਅਤੇ ਉਸ ਖੂਹ ਦੇ ਜਿਸ ਵਿੱਚ ਇਹ ਰਾਜੇ ਟੁੰਡੇ ਨੂੰ ਸੁੱਟਿਆ ਸੀ, ਉਹਦੇ ਦਾਸ ਨੇ ਦਰਸ਼ਨ ਵੀ ਕੀਤੇ। ਉੱਥੇ ਗੁਰਦੁਆਰਾ ਸਾਹਿਬ ਹੈ, ਇਮਾਮ ਪੁਰਸਕਾਰ ਸੇਵਾ ਵਾਲੇ ਸੇਵਾ ਕਰਵਾ ਰਹੇ ਨੇ। ਉਹ ਖੂਹ ਉਸੇ ਪ੍ਰਕਾਰ ਸਾਂਭ ਕੇ ਰੱਖਿਆ ਹੋਇਆ ਹੈ, ਅਤੇ ਉਹਦੇ ਦਾਸ ਨੇ ਦਰਸ਼ਨ ਕੀਤੇ ਨੇ, ਜਲ ਵੀ ਛਕਿਆ। ਇਹ ਕਾਲਕਾ ਸ਼ਹਿਰ ਆ ਉੱਤਰਾਖੰਡ ਵਿੱਚ, ਚੰਡੀਗੜ੍ਹ ਤੋਂ ਜਾਈਏ ਪਹਿਲਾਂ ਹੀ ਸ਼ਹਿਰ ਆਉਂਦਾ ਕਾਲਕਾ। ਹਾਂਜੀ, ਉੱਥੇ ਖੂਹ ਉਸੇ ਪ੍ਰਕਾਰ ਉਹ ਮੌਜੂਦ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਹਾਂਜੀ, ਸਰਵਣ ਕਰੀਏ। ਤਾਂ ਕਰਕੇ ਜਿਹੜੇ ਕੱਲ੍ਹ ਪਰਸੋਂ ਮੈਂ ਬੇਨਤੀ ਕੀਤੀ ਸੀ ਨਾ, ਵੀ ਉਥਾਨਕਾ ਉਹ ਬਜ਼ੁਰਗ ਕਹਿ ਰਹੇ ਸਨ ਵੀ ਕਿ ਗੁਰਬਾਣੀ ਦਾ ਇਤਿਹਾਸ ਹੈ, ਕਿੱਥੇ ਉਚਾਰਨ ਕੀਤੀ, ਉਚਾਰਨ ਕੀਤਾ ਇਤਿਹਾਸ ਵੀ ਸਾਨੂੰ ਉਹ ਅਸਥਾਨ ਵੀ ਮਿਲਦੇ ਨੇ ਸਾਧ ਸੰਗਤ ਜੀ, ਪਰ ਦਰਸ਼ਨ ਕਰੀਏ ਨਾ ਜਾ ਕੇ ਤਾਂ ਹੀ। ਹਾਂਜੀ, ਆਸਾ ਕਿ ਜਿਹੜੀ ਵਾਰ ਹੈ ਇਸ ਦੀਆਂ ਪਹਿਲੀਆਂ ਜੋ ਨੌ ਪੌੜੀਆਂ ਹਨ ਸਲੋਕਾਂ ਦੇ ਸਮੇਤ, ਉਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ਼ੇਖ ਬ੍ਰਹਮ ਜੀ ਦੇ ਨਾਲ ਗੋਸ਼ਟ ਕਰਦਿਆਂ ਉਚਾਰਨ ਕੀਤੀਆਂ ਸਨ। ਹਾਂਜੀ, ਇਹ ਜ਼ਰੂਰੀ ਸੀ, ਦੱਸੋ ਜੀ ਕਿਰਪਾ ਕਰੋ। ਹਾਂਜੀ, ਸ਼ੇਖ ਫਰੀਦ ਜੀ ਦੇ ਅੱਗੋਂ ਜਿਹੜੀ ਇਹ ਵੰਸ਼ ਹੈ ਗੱਦੀ ਦੀ ਵੰਸ਼, ਉਸ ਵੰਸ਼ ਵਿੱਚੋਂ ਸ਼ੇਖ ਬ੍ਰਹਮ ਜੀ ਜਿਨ੍ਹਾਂ ਦੇ ਨਾਲ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਿਲਾਪ ਹੋਇਆ, ਔਰ ਉਹਨਾਂ ਦੇ ਪੋਤੇ ਚੇਲੇ ਸਨ ਸ਼ੇਖ ਬ੍ਰਹਮ ਜੀ ਭਗਤ ਫਰੀਦ ਜੀ ਦੇ, ਉਹਨਾਂ ਨਾਲ ਮਿਲਾਪ ਹੋਇਆ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ, ਔਰ ਉਹਨਾਂ ਤੋਂ ਭਗਤ ਫਰੀਦ ਜੀ ਦੀ ਬਾਣੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਈ,
ਔਰ ਉਹਨਾਂ ਨੇ ਫਿਰ ਅਕਾਲ ਪੁਰਖ ਦੀ ਪ੍ਰਾਪਤੀ ਦਾ ਉਪਦੇਸ਼ ਸਤਿਗੁਰੂ ਗਰੀਬ ਨਿਵਾਸ ਜੀ ਤੋਂ ਪੁੱਛਿਆ ਸੀ, ਜੋ ਪਹਿਲੀਆਂ 9 ਪੌੜੀਆਂ ਸਲੋਕਾਂ ਦੇ ਸਮੇਤ ਹਨ। ਇਹ ਸ਼ੇਖ ਬ੍ਰਹਮ ਜੀ ਦੇ ਪ੍ਰਥਾਏ ਪਾਕਪਟਨ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀਆਂ ਨੇ, ਬਾਕੀ ਪੌੜੀਆਂ ਵੱਖ ਵੱਖ ਅਸਥਾਨਾਂ ਉੱਪਰ ਉਚਾਰਨ ਹੋਈਆਂ ਹਨ। ਉਹ ਜੋ ਸਿਰਲੇਖ ਆਇਆ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵਾਰ ਆਰੰਭ ਤੋਂ ਹੀ ਸਲੋਕਾਂ ਸਮੇਤ ਉਚਾਰਨ ਕੀਤੀ ਹੈ। ਸਲੋਕ ਵੀ ਸਤਿਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਨੇ, ਅਗਾਂਹ ਜਾ ਕੇ ਕੁਝ ਇੱਕ ਸਲੋਕ ਸਤਿਗੁਰੂ ਅੰਗਦ ਦੇਵ ਜੀ ਦੇ ਉਚਾਰਨ ਕੀਤੇ ਆਉਣਗੇ। ਇਹ ਭਾਈ ਇਸ ਵਾਰ ਦੀ ਉਥਾਨਕਾ ਹੈ। ਹਾਂਜੀ, ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੈ ਕੀ ਧੁਨੀ। ਸਲੋਕ ਮਹੱਲਾ ਪਹਿਲਾ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਹੱਲਾ ਦੂਜਾ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ। ਸਾਧ ਸੰਗਤ ਜੀ, ਇੱਕ ਬੇਨਤੀ ਹੈ ਕਿ ਹੁਣੇ ਹੁਣੇ ਆਪ ਜੀ ਨੇ ਜੋ ਸਿਰਲੇਖ ਪੜ੍ਹਿਆ ਹੈ, ਟੁੰਡੇ ਅਸ ਰਾਜੈ ਕੀ ਧੁਨੀ, ਇੱਥੇ ਕਈ ਗਲਤੀ ਦੇ ਨਾਲ ਅਸ ਰਾਜੇ ਹੀ ਕਹਿ ਦਿੰਦੇ ਹਨ। ਅਸ ਰਾਜੇ ਨਹੀਂ ਕਹਿਣਾ, ਉਹਨਾਂ ਦਾ ਨਾਂ ਹੈ। ਕਈ ਅਸ ਰਾਜੇ ਲਾਵਾਂ ਪੜ੍ਹ ਜਾਂਦੇ ਹਨ, ਕਈ ਅਸ ਰਾਜੇ ਕਹਿੰਦੇ ਹਨ। ਇਹ ਅਸ ਰਾਜ ਉਸ ਰਾਜੇ ਦਾ ਨਾਂ ਹੈ, ਇਸ ਕਰਕੇ ਅਸ ਰਾਜੈ ਇਸ ਤਰ੍ਹਾਂ ਆਪਾਂ ਉਚਾਰਨ ਕਰਨਾ। ਰਾਜੇ ਇੱਕ ਨਾਮ ਨਾਲ ਨਹੀਂ, ਦੋ ਨਾਮ ਨਾਲ ਉਚਾਰਨ ਕਰਨਾ, ਇਹ ਵੀ ਖਿਆਲ ਰੱਖਣਾ ਜੀ। ਮਹੱਲਾ ਪਹਿਲਾ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਓ ਸੁਣੇ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸਾਉ ਨਾਖ, ਫਲੀਹੈ ਫੁਲੀਹੈ ਬਪੁੜੇ ਭੀ ਤਨ ਵਿੱਚ ਸੁਆਖ। ਪੌੜੀ, ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਉ। ਆਪੀ ਨੈ, ਇਉਂ ਸੰਬੰਧਕ ਰੂਪ ਵਿੱਚ ਪਾਠ ਹੈ, ਆਪੀਨੈ ਕਰਕੇ ਨਹੀਂ ਪਾਠ ਕਰਨਾ। ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਉ। ਦੁਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਉ। ਇੱਥੇ ਵੀ ਦੋਈ, ਦੱਦੇ ਨੂੰ ਔਂਕੜ, ਈੜੀ ਨੂੰ ਸਿਹਾਰੀ, ਫਿਰ ਅੱਗੇ ਈੜੀ ਨੂੰ ਬਿਹਾਰੀ, ਇਉਂ ਪਾਠ ਹੋਵੇਗਾ। ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਉ। ਦਾਤਾ ਕਰਤਾ ਆਪ ਤੂੰ, ਤੁਸ ਦੇਵ ਹੈ ਕਰਹਿ ਪਸਾਉ, ਤੂੰ ਜਾਣ ਓਈ ਸਭ ਸਹਿ, ਦੇ ਲੈਸ ਹੈ ਜਿੰਦ ਕਵਾਉ, ਕਰ ਆਸਣ ਡਿੱਠੋ ਚਾਉ। ਇੱਕ ਬੇਨਤੀ ਹੈ ਜੋ ਉੱਪਰ ਪੰਗਤੀ ਆਈ, ਛੁੱਟੇ ਤਿਲ ਬੂਆੜ ਜਿਉਂ ਸੁਨੇ ਅੰਦਰ ਖੇਤ। ਬੂਆੜ ਦੁਲੈਂਕੜ ਦੇ ਨਾਲ ਹੈ, ਬੁਆੜ ਇੱਕ ਔਂਕੜ ਦੇ ਨਾਲ ਨਹੀਂ ਬੋਲਣਾ। ਇਹ ਬਾਣੀ ਵੀ ਕਿਉਂਕਿ ਸੰਗਤਾਂ ਰੋਜ਼ ਹੀ ਸਰਵਣ ਕਰਦੀਆਂ ਨੇ ਕੀਰਤਨ ਰੂਪ ਵਿੱਚ, ਔਰ ਜ਼ਿਆਦਾਤਰ ਸੰਗਤਾਂ ਨੂੰ ਤਕਰੀਬਨ ਕੰਠ ਵੀ ਹੁੰਦੀ ਹੈ, ਇੱਥੇ ਵੀ ਆਪਾਂ ਖਿਆਲ ਰੱਖਣਾ ਹੈ ਕਿ ਜੇ ਕੋਈ ਉਚਾਰਨ ਸਾਡਾ ਗਲਤ ਪੱਕ ਚੁੱਕਾ ਹੈ, ਉਹਨੂੰ ਆਪਾਂ ਚੰਗੀ ਤਰ੍ਹਾਂ ਸੁਣ ਕੇ ਠੀਕ ਕਰਨ ਦਾ ਪੁਰਜ਼ੋਰ ਯਤਨ ਕਰੀਏ। ਸਲੋਕ ਮਹੱਲਾ ਪਹਿਲਾ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਣ,
ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਅੱਖ ਹੈ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਖ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚੁਨ ਕੱਚ ਕੱਚੁਨ ਕੱਚ ਇਉਂ ਪਾਠ ਕਰਨਾ ਹੈ ਕੱਚਿਆਂ ਤੋਂ ਵੀ ਕੱਚੇ ਕੱਚਨ ਕੱਚ ਆਮ ਤੌਰ 'ਤੇ ਲਿਖਿਆ ਵੀ ਜਾਂਦਾ ਅਤੇ ਬੋਲਿਆ ਵੀ ਜਾਂਦਾ ਹੈ ਪਰ ਮੁੱਖ ਰੂਪ ਵਿੱਚ ਕੱਚੁਨ ਕੱਚ ਇਉਂ ਪਾਠ ਕਰਨਾ ਹੈ ਜੀ ਮਹੱਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨਿਹਚਲ ਥਾਓ ਵੱਡੀ ਵਡਿਆਈ ਜਾਣੈ ਆਲਾਓ ਵੱਡੀ ਵਡਿਆਈ ਬੁੱਝੈ ਸਭ ਭਾਓ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬ ਰਜਾਏ ਮਹੱਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਸ ਪੰਕਤੀ ਵਿੱਚ ਇਹ ਲਗਾ ਮਾਤਰਾ ਦਾ ਖਿਆਲ ਰੱਖਣਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਆਮ ਤੌਰ 'ਤੇ ਸਾਡੇ ਸਾਰੇ ਰਾਗੀ ਵੀਰ ਸੱਚੇ ਕੀ ਹੈ ਕੋਠੜੀ ਹੀ ਪੜ੍ਹੀ ਜਾਂਦੇ ਨੇ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਹਾਂਜੀ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖ ਨਾ ਜਾਪਈ ਜੇ ਕਿਸੈ ਆਣੀ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪਰਗਾਸ ਪੌੜੀ ਨਾਨਕ ਜੀਅ ਉਪਾਏ ਕੈ ਲਿਖ ਨਾਵੈ ਧਰਮ ਬਖਾਲਿਆ ਉਥੈ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ ਤੇਰੇ ਨਾਇ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੈ ਧਰਮ ਬਖਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗ ਹੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਖ ਵਿਸਮਾਦ ਉੱਜੜ ਵਿਸਮਾਦ ਰਾਹ ਉੱਜੜ 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 ਅਤੇ ਉੱਜੜ ਦੇ ਅਰਥਾਂ ਦਾ ਹੀ ਫਰਕ ਹੈ ਝੱਜੇ ਵਾਲਾ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦੇਖੈ ਹਾਜਰਾ ਹਜੂਰ ਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੈ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ
ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆ ਕੁਦਰਤ ਵਧੀਆ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਿਰ ਕਰਤਾ, ਪਾਕੀ ਨਾਈ ਪਾਕ, ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ, ਪੌੜੀ ਆਪੀ ਨੈ ਸਭ ਤੇਰੀ ਕੁਦਰਤ ਤੂੰ ਕਾਦਿਰ ਕਰਤਾ। ਕਾਦਰ ਦੱਦੇ ਦੀ ਸਿਹਾਰੀ ਦਾ ਖਿਆਲ ਰੱਖ ਕੇ ਪਾਠ ਕਰਨਾ, ਕਾਦਰ ਸਿੱਧਾ ਨਹੀਂ ਬੋਲਣਾ, ਤੂੰ ਕਾਦਰ ਕਰਤਾ। ਔਰ ਅਗਲੀ ਪੰਕਤੀ ਵਿੱਚ ਵਰਤੈ ਤਾਕੋ ਤਾਕ, ਹਾਂਜੀ ਤਾਕੋ ਤਾਕ ਨਹੀਂ ਕਹਿਣਾ, ਤਾਕੋ ਤਾਕ। ਪੌੜੀ ਆਪੀ ਨੈ ਭੋਗ ਭੋਗ ਕੈ, ਹੋਏ ਭਸ ਮੜ ਭੌਰ ਸਿਧਾ ਸਿਧਾਇਆ। ਭਸ ਮੜ ਵੱਖ ਵੱਖ ਪਾਠ ਕਰਨਾ, ਮੜ ਕਹਿੰਦੇ ਇਹ ਮੜਾ ਇਹ ਸਰੀਰ, ਇਹ ਭਸਮ ਹੋ ਗਿਆ ਅਤੇ ਜਿਹੜਾ ਜੀਵ ਆਤਮਾ ਰੂਪੀ ਭੌਰ ਸੀ ਉਹ ਉਡਾਰੀ ਮਾਰ ਗਿਆ। ਹੋਏ ਭਸ ਮਾੜ ਭੌਰ ਸਿਧਾਇਆ। ਆਪੀ ਨੈ ਭੋਗ ਭੋਗ ਕੈ, ਹੋਏ ਭਸ ਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ, ਗਾਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਉ ਦੀ, ਹੁਣ ਸੁਣੀਐ ਕਿਆ ਰੂਹ ਆਇਆ। ਰੂਹ ਆਇਆ, ਰਾਰੇ ਦੇ ਦੁਲੈਂਕਣ ਨੂੰ ਧਿਆਨ ਵਿੱਚ ਰੱਖਣਾ ਜੀ। ਮਨ ਅੰਧੈ ਜਨਮ ਗਵਾਇਆ, ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਣ ਵਹਿ ਸਦ ਵਾਉ, ਭੈ ਵਿੱਚ ਚੱਲਹਿ ਲੱਖ ਦਰਿਆਉ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਰਾਜਾ ਧਰਮ ਇਹ ਇਕੱਠਾ ਨਾਮ ਹੈ, ਧਰਮ ਰਾਜੇ ਤੋਂ ਭਾਵ ਹੈ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਕਈ ਸਾਡੇ ਵੀਰ ਰਾਜਾ 'ਤੇ ਜਮਕ ਲਾ ਲੈਂਦੇ ਨੇ ਕਿ ਭੈ ਵਿੱਚ ਰਾਜਾ ਧਰਮ ਦੁਆਰ, ਇਉਂ ਪਾਠ ਕਰ ਲੈਂਦੇ ਨੇ, ਜੋ ਕਿ ਅਸ਼ੁੱਧ ਉਚਾਰਨ ਹੈ। ਰਾਜਾ ਧਰਮ ਇਕੱਠਾ ਹੈ ਜੀ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੀ ਆਕਾਸ, ਭੈ ਵਿੱਚ ਜੋਧ ਮਹਾਂਬਲਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਕੇਤੀਆ ਕੰਨ ਕਹਾਣੀਆਂ, ਕੇਤੇ ਬੇਦ ਵਿਚਾਰ। ਕੰਨ ਕਹਾਣੀਆਂ, ਕੰਨ ਤੋਂ ਭਾਵ ਹੈ ਕਾਨ, ਹਾਂਜੀ ਬੇਦ ਵਿਚਾਰ, ਬੇਦ ਵਿਚਾਰ, ਕੇਤੇ ਬੇਦ ਵਿਚਾਰ, ਹਾਂਜੀ ਕੇਤੀਆ ਕੰਨ ਕਹਾਣੀਆਂ, ਕੇਤੇ ਬੇਦ ਵਿਚਾਰ। ਕੇਤੇ ਨਚ ਹੈ ਮੰਗਤੇ, ਗੇੜ ਮੁੜ ਪੂਰ ਹੈ ਤਾਲ। ਬਾਜਾਰੀ ਬਾਜਾਰ ਮਹਿ ਆਏ ਕੱਢ ਹੈ ਬਾਜਾਰ। ਗਾਵ ਹੈ ਰਾਜੇ ਰਾਣੀਆਂ, ਬੋਲ ਹੈ ਆਲ ਪਤਾਲ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਜੇਤ ਤਨ ਪਾਈ ਹੈ ਨਾਨਕਾ, ਸੇ ਤਨ ਹੋਵਹਿ ਛਾਰ। ਜੇਤ ਤਨ, ਜੇਤਨ ਨਹੀਂ ਬੋਲ ਜਾਣਾ, ਆਮ ਤੌਰ 'ਤੇ ਇਉਂ ਆਪਾਂ ਸੁਣਦੇ ਹਾਂ ਕਿ ਜੇਤਨ ਪਾਈ ਹੈ ਨਾਨਕਾ,
ਜੇ ਤਨ ਤਾਂ ਕੁਝ ਵੀ ਨਹੀਂ ਬਣਦਾ, ਜਿਤ ਤਨ ਪਾਈਐ ਹੈ ਨਾਨਕਾ ਸੇ ਤਨ ਹੋਵੇ ਹਿਸਾਰ। ਹਾਂਜੀ, ਵਿਦਿਆਰਥੀ ਜਿਹੜੇ ਇੱਥੇ ਵਿਦਿਆਲੇ 'ਚ ਪੜ੍ਹਦੇ ਨੇ ਰਕਾਬਗੰਜ ਸਾਹਿਬ, ਸਾਰੇ ਉਹ ਪਾਠ ਸੁਣ ਰਹੇ ਨੇ, ਨਾਲ ਨਾਲ ਪਾਠ ਕਰ ਰਹੇ ਨੇ, ਅਤੇ ਉਹਨਾਂ ਪ੍ਰਤੀ ਬੇਨਤੀ ਆ ਕਿ ਤੁਹਾਡੇ ਵਾਸਤੇ, ਵੈਸੇ ਆਪਣੇ ਸਾਰਿਆਂ ਵਾਸਤੇ ਹੀ ਬੜਾ ਲਾਹਾ ਹੈ ਕਿ ਤੁਸੀਂ ਵਿਦਿਆਰਥੀ ਹੋ, ਅੱਗੇ ਅਗਾਂਹ ਸਟੇਜਾਂ 'ਤੇ ਵੀ ਪੜ੍ਹਨਾ ਭਾਈ, ਧਿਆਨ ਰੱਖੋ ਕਿਵੇਂ ਸ਼ੁੱਧ ਉਚਾਰਨ ਹੋ ਰਹੇ ਨੇ, ਨਾਲ ਨਾਲ ਸਤਿਕਾਰਯੋਗ ਗਿਆਨੀ ਜੀ ਦੱਸ ਰਹੇ ਨੇ, ਸਭ ਪਾਠ ਨੋਟ ਕਰੀ ਜਾਇਓ, ਤੁਹਾਡੇ ਸਾਰੀ ਉਮਰ ਵਾਸਤੇ ਕੰਮ ਆਏਗੀ ਇਹ ਜਿਹੜੀ ਅੱਜ ਦੀ ਧਿਆਨ ਨਾਲ ਆਪਣੀ ਸੰਥਾ ਕੀਤੀ ਹੋਈ। ਹਾਂਜੀ, ਵਿਦਿਆਲੇ ਦੇ ਵਿਦਿਆਰਥੀ ਇੱਥੇ ਨਾ ਆਪਣੇ ਕੋਲ ਬੈਠੇ ਨੇ ਨਾ ਸਾਰੇ, ਅਤੇ ਸੋ ਆਪਾਂ ਪਾਠ ਵੀ ਸੁਣਦੇ ਹਾਂ, ਸਾਡੀ ਵਾਰ ਲੱਗਦੀ ਵੀ ਆ, ਉਹ ਵੀ ਆਪਾਂ ਸੁਣ ਹੀ ਲੈਂਦੇ ਹਾਂ, ਪਰ ਤੁਸੀਂ ਇਹ ਵੀ ਸੁਣਿਓ ਭਾਈ, ਇਹਦੇ ਮੁਤਾਬਕ ਪੜ੍ਹਿਓ, ਅਤੇ ਫਿਰ ਆਪਣਾ ਸਭ ਨੂੰ ਜੀਵਨ ਵੀ ਸਫਲਾ, ਅਤੇ ਬਾਣੀ ਪੜ੍ਹਨ ਕਰਕੇ ਜੇ ਅਗਲੇ ਨੂੰ ਸੁਣਾਵਾਂਗੇ ਕਿਸੇ ਨੂੰ ਤਾਂ ਵੀ ਉਹ ਵੀ ਸਫਲੀ ਗੱਲ ਹੈ। ਹਾਂ, ਨੋਟ ਕਰੋ ਜੀ ਸਾਰੇ। ਹਾਂਜੀ, ਜਿਤ ਤਨ ਪਾਈਐ ਹੈ ਨਾਨਕਾ ਸੇ ਤਨ ਹੋਵਹਿ ਛਾਰ, ਗਿਆਨ ਨਾ ਗੱਲੀ ਢੂਡੀਐ ਕਥਨਾ ਕਰੜਾ ਸਾਰ। ਆ ਵੇਖੋ ਨਾ, ਗੱਲੀ ਇਸ ਤਰ੍ਹਾਂ ਪਾਠ ਹੁੰਦਾ, ਅਤੇ ਆਪਾਂ ਪਾਠ ਤਾਂ ਰਾਗੀ ਕਰਦੇ ਹੀ ਨੇ, ਗਿਆਨ ਨਾ ਗੱਲੀ ਢੂੰਡੀਐ, ਬਸ ਗੱਲੀ ਨਹੀਂ, ਗੱਲੀ ਈੜੀ ਲੱਗੀ ਨਾ ਕਿਵੇਂ ਉਚਾਰਨ ਹੋਇਆ, ਇਸ ਪ੍ਰਕਾਰ ਸਾਰੇ ਹੀ ਆਪਾਂ ਇਹ ਨਾ ਵੀ ਈੜੀ ਛੱਡ ਹੀ ਜਾਈਏ, ਦੋ ਅੱਖਰ ਰਹਿ ਗਏ, ਇੱਕ ਮਾਤਰਾ ਰਹਿ ਗਈ, ਈੜੀ ਰਹਿ ਗਈ ਜੇ ਗੱਲੀ ਕਹਿ ਦਿਆਂਗੇ। ਅਤੇ ਮਹਾਰਾਜ ਨੇ ਤਾਂ ਇੱਕ ਲਾਮ ਹੀ ਸਿੱਖ ਨੇ ਛੱਡਤੀ ਸੀ, ਚਾਟਾਂ ਬਣਵਾਈਆਂ ਸਨ, ਅਤੇ ਆਪਣੇ ਤਾਂ ਫਿਰ ਵੇਖ ਲਓ ਵੀ ਗਿਣਤੀ ਨਹੀਂ ਆਉਣੀ, ਇਸ ਕਰਕੇ ਬੜੇ ਧਿਆਨ ਨਾਲ ਸਾਰੇ ਸ਼ੁੱਧਤਾ ਨਾਲ ਪਾਠ ਕਰਨਾ, ਖਾਸ ਕਰਕੇ ਜਿਹੜੇ ਅਸੀਂ ਪਾਠੀ ਘਰਾਂ 'ਚ ਪਾਠ ਕਰਦੇ ਹਾਂ, ਵੈਸੇ ਤਾਂ ਸਾਰਿਆਂ ਵਾਸਤੇ ਸ਼ੁੱਧਤਾ ਨਾਲ ਹੀ ਆ, ਪਰ ਸਾਡੇ ਤਾਂ ਗੁਰਾਂ ਦੀ ਉਹੀ ਕਿਰਪਾ, ਇਹ ਬਾਣੀ ਨੇ ਸਾਨੂੰ ਨਿਵਾਜਿਆ, ਲੋਕ ਮੱਥਾ ਟੇਕਦੇ ਨੇ ਤੁਹਾਨੂੰ ਪਾਠ ਕਰਨ ਵਾਲਿਆਂ ਨੂੰ, ਪਾਠੀਆਂ ਨੂੰ ਲੋਕ ਕਿੰਨਾ ਸਤਿਕਾਰ ਦਿੰਦੇ ਨੇ, ਅਤੇ ਆਪਾਂ ਇਹਨੂੰ ਘੱਟੋ ਘੱਟ ਬਾਣੀ ਸ਼ੁੱਧ ਪੜ੍ਹ ਲਿਆ ਕਰੀਏ, ਘੱਟੋ ਘੱਟ ਬਾਣੀ ਸ਼ੁੱਧ ਪੜ੍ਹ ਲਿਆ ਕਰੀਏ, ਜਿਹੜੀ ਬਾਣੀ ਦਾ ਅਰਦਾਸ ਭਾਵ ਆ ਉਹ ਤਾਂ ਘਰ ਵਾਲਿਆਂ ਨੂੰ ਮਿਲ ਜਾਣੀ ਆ। ਪਾਠ ਸਹਿਜ ਜਾਂ ਅਖੰਡ ਪਾਠ ਕਰਾਉਣੇ ਨਾ ਆਪਾਂ ਪਾਠੀ ਸਾਰੇ ਲੱਗਦੇ ਹਾਂ, ਉਹ ਤਾਂ ਪਾਠ ਦੀ ਅਰਦਾਸ ਤਾਂ ਉਹਨਾਂ ਦੀ ਲੱਗ ਜਾਣੀ ਆ, ਉਹਨਾਂ ਨੇ ਆਪਾਂ ਨੂੰ ਪੈਸੇ ਦੇ ਦੇਣੇ ਹੁੰਦੇ ਵਿਚਾਰਿਆਂ ਨੇ, ਘਰ ਵਾਲਿਆਂ ਨੇ, ਅਤੇ ਆਪਾਂ ਨੂੰ ਕਿਹੜਾ ਪੁੰਨ ਮਿਲਣਾ, ਆਪਾਂ ਨੂੰ ਸਿਰਫ ਸ਼ੁੱਧ ਪੜ੍ਹਨ ਦਾ ਅਤੇ ਆਪਣੀ ਸ਼ੁੱਧਤਾ ਰੱਖਣ ਦਾ ਹੀ ਪੁੰਨ ਮਿਲਣਾ ਹੈ, ਇਸ ਕਰਕੇ ਪਾਠੀ ਸਿੰਘ ਖਾਸ ਕਰਕੇ ਧਿਆਨ ਦੇਈਏ ਸ਼ੁੱਧਤਾ ਵੱਲ। ਹਾਂਜੀ, ਗਿਆਨ ਨਾ ਗੱਲੀ ਢੂਡੀਐ ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ, ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵਟ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਬਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਇਹੋ ਜੀਓ ਬਹੁਤੇ ਜਨਮ ਭਰਮਿਆ, ਆਮ ਤੌਰ 'ਤੇ ਸਾਡੇ ਰਾਗੀ ਸਿੰਘ ਟਿੱਪੀ ਬੋਲਣ ਦੀ ਲੋੜ ਹੀ ਨਹੀਂ ਸਮਝਦੇ, ਭਰਮਿਆਂ ਹੀ ਬੋਲ ਜਾਂਦੇ ਨੇ, ਪਰ ਇੱਥੇ ਚਾਲ ਮੁਤਾਬਕ ਟਿੱਪੀ ਸਤਿਗੁਰੂ ਜੀ ਨੇ ਰੱਖੀ ਹੈ, ਇਸ ਦਾ ਉਚਾਰਨ ਜ਼ਰੂਰ ਪਰ ਜ਼ਰੂਰ ਕਰਨਾ ਹੈ, ਛੱਡਣਾ ਨਹੀਂ।